ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦਿੱਲੀ ਦਾ ਜੋ ਪੇਪਰ ਹੋਇਆ ਸੀਗਾ ਪੰਜਾਬੀ ਦਾ ٹیਜੀਟੀ ਉਸ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਜੋ ਪ੍ਰਾਣੀ ਪੇਪਰ ਨੇ ਤੇ ਕਾਫੀ ਲੰਬੀ ਵੀਡੀਓ ਹੋਊਗੀ ਸੋ ਪੂਰੀ ਉਮੀਦ ਹੈ ਤੁਸੀਂ ਇਸ ਵੀਡੀਓ ਦੇ ਰਾਹੀਂ ਕਾਫੀ ਚੀਜ਼ਾਂ ਸਿੱਖੋਗੇ ਕਿਸ ਤਰ੍ਹਾਂ ਦੇ ਪੇਪਰ ਆਉਂਦੇ ਆ ਉਹ ਸਾਰਾ ਆਪਾਂ ਡਿਸਕਸ ਕਰਾਂਗੇ ਬਾਕੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈਏ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਦੋ ਪੇਪਰ ਹੁੰਦੇ ਆ ਪਹਿਲਾ ਜਰਨਲ ਪੇਪਰ ਹੁੰਦਾ ਤੇ ਦੂਸਰਾ ਸਬਜੈਕਟ ਦਾ ਸੋ ਅੱਜ ਜਿਹੜਾ ਮੇਰਾ ਪਰਪਸ ਆ ਕਿ ਆਪਾਂ ਸਬਜੈਕਟ ਦੇ ਪੇਪਰ ਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਤੇ ਇਹਦੇ ਵਿੱਚ ਜੋ ਰੋਂਗ ਜੇ ਆਪਣੇ ਮਾਰਕਸ ਆਉਂਦੇ ਆ ਜਾਂ ਆਪਾਂ ਗਲਤ ਕਰ ਦਿੰਦਾ 0.25 ਆ ਜਿਹੜੇ ਉਹ ਪਰਸੈਂਟ ਹੈ ਜਿਹੜਾ ਆਪਣਾ ਕੱਟਿਆ ਜਾਂਦਾ ਹੈ ਤਾਂ ਮੰਨ ਕੇ ਚਲੋ ਜੇ ਤੁਸੀਂ ਚਾਰ ਕੁਐਸਚਨ ਗਲਤ ਕਰਦੇ ਹੋ ਤਾਂ ਇੱਕ ਨੰਬਰ ਜਿਹੜਾ ਤੁਹਾਡਾ ਕੱਟਿਆ ਜਾਂਦਾ ਸੋ ਤੁਸੀਂ ਇਹ ਪੇਪਰ ਦੇ ਵਿੱਚ ਧਿਆਨ ਚ ਜਿਹੜੀ ਗੱਲ ਰੱਖਣੀ ਆ ਸੋ ਪਹਿਲਾ ਕੁਐਸਚਨ ਇਹਦੇ ਵਿੱਚ ਆਇਆ ਹੋਇਆ ਹੈ ਕਿਹੜਾ ਨਾਵਲ ਨਾਨਕ ਸਿੰਘ ਜੀ ਦਾ ਨਹੀਂ ਹੈ ਸੋ ਦੇਖੋ ਵੀ ਇਹਦੇ ਵਿੱਚ ਨਹੀਂ ਪੁੱਛਿਆ ਧਿਆਨ ਨਾਲ ਜੇ ਤੁਸੀਂ ਪੜੋਗੇ ਤਾਂ ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ ਅਸੀਂ ਉਸ ਚੀਜ਼ ਉੱਪਰ ਟਿਕ ਕਰ ਦਿੰਦੇ ਹਾਂ ਜੋ ਉਹਨਾਂ ਦਾ ਹੁੰਦਾ ਇਥੇ ਨਹੀਂ ਸ਼ਬਦ ਪਹਿਲਾਂ ਪਿਕ ਕਰਨਾ ਤਾਂ ਅਗ ਦੀ ਖੇੜ ਵੀ ਉਹਨਾਂ ਦਾ ਹੈ ਫਲਾਉ ਦੀ ਫੁੱਲ ਵੀ ਉਹਨਾਂ ਦਾ ਹੈ ਚਿੱਟਾ ਲਉ ਵੀ ਹੈ ਰਾਹੀ ਤੇ ਕੁਰਾਹੀ ਹੈ ਜਿਹੜਾ ਨਾ ਰਚਨਾ ਜਿਹੜੀ ਉਹਨਾਂ ਦੀ ਨਹੀਂ ਹੈ ਦੂਸਰਾ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਕਿਹੜਾ ਨਾਵਲ ਨਾਨਕ ਸਿੰਘ ਇਹ ਦੋ ਵਾਰ ਪੁੱਛਿਆ ਹੋਇਆ ਦੋ ਮੀਡੀਅਮ ਦੇ ਵਿੱਚ ਸੌਰੀ ਅਗਲਾ ਪੜ੍ਹਦੇ ਹਾਂ ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਕੀ ਹੈ ਸੋ ਜੋ ਸ੍ਰਿੰਦਰ ਸਿੰਘ ਹੈਗੇ ਆ ਨਾਵਲਕਾਰ ਉਹਨਾਂ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਜਿਹੜੀ ਹੈਗੀ ਆ ਉਹ ਹੈ ਜ਼ਿੰਦਗੀ ਦੀਆਂ ਗੁੰਝਲਾਂ ਤੇ ਦਵੰਦਾਂ ਦੀ ਜਥਾਰਤਕ ਪੇਸ਼ਕਾਰੀ ਜਿਹੜੀ ਉਹ ਕਰਦੇ ਆ ਜੋ ਜ਼ਿੰਦਗੀ ਦੀਆਂ ਸਮੱਸਿਆਵਾਂ ਨੇ ਤੇ ਜੋ ਉਹਦੀ ਸੱਚਾਈ ਹੈ ਉਸ ਦੀ ਜਿਹੜੀ ਪੇਸ਼ਕਾਰੀ ਉਹਨਾਂ ਦੇ ਨਾਵਲਾਂ ਦੇ ਵਿੱਚ ਹੁੰਦੀ ਹੈ। ਨੈਕਸਟ ਜਿਹੜਾ ਕੁਐਸਚਨ ਪੁੱਛਿਆ ਗਿਆ ਸੀ ਪੰਜਾਬੀ ਦੇ ਕਿਹੜੇ ਨਾਵਲ ਵਿੱਚ ਇੱਕ ਪਿੰਡ ਨੂੰ ਨਾਇਕ ਬਣਾ ਕੇ ਪ੍ਰਸਤੁਤ ਕੀਤਾ ਗਿਆ ਹੈ? ਸੋ ਇਹ ਨਾਵਲ ਹੈ ਜੀ ਕੋਠੇ ਖੜਕ ਸਿੰਘ। ਕੋਠੇ ਖੜਕ ਸਿੰਘ ਨਾਵਲ ਦੇ ਵਿੱਚ ਪਿੰਡ ਨੂੰ ਇੱਕ ਨਾਇਕ ਦੇ ਤੌਰ ਤੇ ਜਿਹੜਾ ਪ੍ਰੈਜੈਂਟ ਕੀਤਾ ਗਿਆ ਸੀ। ਅਸੋ ਅਗਲਾ ਜਿਹੜਾ ਕੁਐਸਚਨ ਪੁੱਛਿਆ ਗਿਆ ਹੈ ਕਿ ਕਿਹੜਾ ਨਾਵਲ ਜਸਵੰਤ ਸਿੰਘ ਕਮਲਦੀ ਰਚਨਾ ਨਹੀਂ ਹੈ ਤਾਂ ਪਹਿਲਾਂ ਤਾਂ ਉਹਨਾਂ ਦੀ ਨਾਵਲ ਜਿਹੜੀ ਹੈਗੀ ਆ ਪੂਰਨਵਾਸੀ ਲਹੂ ਦੀ ਲੋ ਤੁਸ਼ਾਲੀ ਦੀ ਹੰਸੋ ਇਹ ਤੁਸੀਂ ਲਿਖ ਲਿਆ ਕਰੋ ਨਾਲ ਤਾਂ ਇਹ ਜਿਹੜੇ ਹੈਗੇ ਨਾਵਲ ਉਹਨਾਂ ਦੇ ਹੈਗੇ ਆ ਸੱਲ ਅਲੂਣੀ ਜਿਹੜਾ ਰਚਨਾ ਉਹਨਾਂ ਦੀ ਨਹੀਂ ਹੈ ਅਗਲਾ ਕੁਐਸਚਨ ਹੈ ਜਟਿਲ ਕਥਾਨਕ ਮਨੋਵਿਗਿਆਨਿਕ ਸ਼ੋਹਾਂ ਵਾਲੀ ਪਾਤਰਵਲੀ ਪੁਰਾਣਿਕ ਮੋਟਿਫਾਂ ਦਾ ਆਧੁਨਿਕ ਰੂਪਾਂਤਰ ਅਤੇ ਉਤਮ ਪੁਰਖੀ ਬ੍ਰਿਤਾਂਤਿਕ ਸ਼ੈਲੀ ਕਿਸ ਕਹਾਣੀਕਾਰ ਦੀ ਕਥਾ ਸਿਰਜਣਾ ਦੇ ਲੱਛਣ ਹੈ ਸੋ ਇਹ ਪ੍ਰੇਮ ਪ੍ਰਕਾਸ਼ ਦੀ ਜਿਹੜੀਆਂ ਰਚਨਾਵਾਂ ਦੇ ਵਿੱਚ ਅਕਸਰ ਮਿਲਦਾ ਹੈ ਕਿ ਜਟਿਲ ਉਹਨਾਂ ਦਾ ਜਿਹੜਾ ਕਥਾਨਿਕ ਉਹ ਬੜਾ ਹੀ ਕ੍ਰਿਟੀਕਲ ਜਿਹੜਾ ਹੁੰਦਾ ਹੈਗਾ ਮਨੋਵਿਗਿਆਨਿਕ ਸਾਈਕੋ ਉਹ ਜਿਹੜਾ ਨਾਲ ਜੁੜੇ ਹੋਈ ਜਿਹੜੀ ਉਹਨਾਂ ਦੀ ਪਾਤਰ ਉਸਾਰੀ ਹੁੰਦੀ ਹੈ ਤੇ ਬਾਕੀ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਬਰਤਾਂਤਿਕ ਸ਼ੈਲੀ ਦੀ ਜਿਹੜੀ ਗੱਲ ਕੀਤੀ ਹੈ ਤਾਂ ਪ੍ਰੇਮ ਪ੍ਰਕਾਸ਼ ਜੀ ਦੀ ਅਗਲਾ ਕੁਐਸਚਨ ਆ ਕਿ ਕੁਲਵੰਤ ਸਿੰਘ ਵਿਰਕ ਨੂੰ ਉਹਨਾਂ ਦੇ ਕਿਸ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤਿਕ ਅਕਾਦਮੀ ਦਾ ਅਵਾਰਡ ਮਿਲਿਆ ਤਾਂ ਨਵੇਂ ਲੋਕ ਦੇ ਉੱਪਰ ਇਹਨਾਂ ਨੂੰ ਜਿਹੜਾ ਕਹਾਣੀ ਸੰਗ੍ਰਹਿ ਇਹਨਾਂ ਦਾ ਇਹਦੇ ਉੱਪਰ ਸਾਹਿਤਿਕ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਕੁਲਵੰਤ ਸਿੰਘ ਵਿਰਕ ਨੂੰ ਇਹ ਆਪਾਂ ਕਰ ਚੁੱਕੇ ਹਾਂ ਉਹ ਡਬਲ ਡਬਲ ਕੁਐਸਚਨਿੰਗ ਆ ਕਈ ਵਾਰ ਪਲੇਖਾ ਲੱਗ ਜਾਂਦਾ ਹੈ ਨੈਕਸਟ ਪੜ੍ਹਦੇ ਹਾਂ ਡੇਢ ਆਦਮੀ ਅਤੇ ਸ਼ਹਿਰ ਤੇ ਗ੍ਰਾਂ ਕਿਸ ਦੇ ਕਹਾਣੀ ਸੰਗ੍ਰਹਿ ਆ ਡੇਢ ਆਦਮੀ ਤੇ ਸ਼ਹਿਰ ਤੇ ਗ੍ਰਾਂ ਇਸ ਜਾਨ ਸਿੰਘ ਜੀ ਦੇ ਕਹਾਣੀ ਸੰਗ੍ਰਹਿ ਨੇ ਇਹਨੂੰ ਤੁਸੀਂ ਨੋਟ ਕਰ ਲਓ ਡੇਡ ਆਦਮੀ ਤੇ ਸ਼ਹਿਰ ਤੇ ਗ੍ਰਾਮ ਅਗਲਾ ਕੁਐਸਚਨ ਪੇਪਰ ਵਿੱਚ ਪੁੱਛਿਆ ਗਿਆ ਸੀ ਇਹਨਾਂ ਵਿੱਚੋਂ ਕਿਹੜਾ ਜੋਟ ਅਜੀਤ ਕੌਰ ਦੀ ਰਚਨਾ ਹੈ ਇਹਦੇ ਵਿੱਚ ਉਹਨਾਂ ਦੀ ਜਿਹੜੀ ਰਚਨਾ ਹੈ ਮੌਤ ਅਲੀ ਬਾਬੇ ਦੀ ਤੇ ਗੁਲਬਾਨੋ ਇਹ ਅਜੀਤ ਕੌਰ ਜੀ ਦੀ ਰਚਨਾ ਹੈ ਮੌਤ ਅਲੀ ਬਾਬੇ ਦੀ ਤੇ ਗੁਲਬਾਨੋ ਅਗਲਾ ਕੁਐਸਚਨ ਪ੍ਰੇਮ ਪ੍ਰਕਾਸ਼ ਨੂੰ ਉਸ ਦੇ ਕਿਸ ਕਹਾਣੀ ਸੰਗ੍ਰਹਿ ਲਈ ਸਾਹਿਤਿਕ ਅਕਾਦਮੀ ਲਈ ਨਿਵਾਜਿਆ ਗਿਆ ਕੁਝ ਅਣਕੇਹਾ ਵੀ ਇਹ ਉਹਨਾਂ ਨੂੰ ਇਹਦੇ ਉੱਪਰ ਜਿਹੜਾ ਸਾਹਿਤਿਕ ਅਕਾਦਮੀ ਪੁਰਸਕਾਰ ਮਿਲਿਆ ਪ੍ਰੇਮ ਪ੍ਰਕਾਸ਼ ਨੂੰ ਕੁਝ ਅਣਕੇਹਾ ਵੀ ਪੰਜਾਬੀ ਸਫਰਨਾਮਾ ਸਾਹਿਤ ਵਿੱਚ ਕਿਸ ਦਾ ਯੋਗਦਾਨ ਵਧੇਰੇ ਹੈ ਤਾਂ ਇਹ ਬਲਰਾਜ ਸਾਨੀ ਜੀ ਦਾ ਜਿਹੜਾ ਯੋਗਦਾਨ ਹੈ ਉਹ ਪੰਜਾਬੀ ਸਾਹਿਤ ਦੇ ਵਿੱਚ ਅਸੀਂ ਵਧੇਰੇ ਮੰਨਦੇ ਹਾਂ ਇੱਕ ਖਿਆਲੀ ਇੱਕ ਖਾਲੀ ਪਿਆਲਾ ਆਬਰਾ ਕਾ ਡਾਬਰਾ ਕੱਲ ਵੀ ਸੂਰਜ ਨਹੀਂ ਚੜੇਗਾ ਨਾਟਕਾਂ ਦਾ ਕਰਤਾ ਕੌਣ ਹੈ ਤਾਂ ਸੁਰਜੀਤ ਸਿੰਘ ਸੇਠੀ ਦੇ ਜਿਹੜੇ ਇਹ ਨਾਟਕ ਨੇ ਇੱਕ ਖਾਲੀ ਪਿਆਲਾ ਆਬਰਾ ਕਦਾਬਰਾ ਕੱਲ ਵੀ ਸੂਰਜ ਨਹੀਂ ਚੜੇਗਾ ਗੁਰਚਰਨ ਸਿੰਘ ਦਸੂਜਾ ਦੀ ਰਚਨਾ ਗਊ ਮੁਖਾ ਤੇ ਸ਼ੇਰ ਮੁਖਾ ਉਹਨਾਂ ਦੀ ਇਕਾਂਗੀ ਹੈ ਇਹ ਤੁਸੀਂ ਨੋਟ ਕਰ ਲਓ ਗੁਰਚਰਨ ਸਿੰਘ ਦਸੂਜਾ ਦੀ ਅਗੇ ਕੁਐਸਚਨ ਪੁੱਛਿਆ ਗਿਆ ਮਰਦ ਮਰਦ ਨਹੀਂ ਤੀਵੀਂ ਤੀਵੀ ਨਹੀਂ ਨਾਟਕ ਕਿਸ਼ ਸੈਲੀ ਨਾਲ ਸੰਬੰਧਿਤ ਹੈ ਇਹ ਹੈ ਐਬਸਟਰਡਵਾਦੀ ਨਾ ਤਾਂ ਮਨੋਵਿਗਿਆਨਿਕ ਹੈ ਨਾ ਇਤਿਹਾਸਿਕ ਹੈ ਤਾਂ ਫਸਟ ਜਿਹੜਾ ਇਹਦਾ ਤੁਸੀਂ অপਸ਼ਨ ਜਿਹੜਾ ਕਲਿੱਕ ਕਰੋਗੇ ਉਸ ਤੋਂ ਬਾਅਦ ਨਾਨਕ ਸਿੰਘ ਦੀ ਸਵੈ ਜੀਵਨੀ ਪੁੱਛੀ ਗਈ ਸੀ ਤਾਂ ਤੁਸੀਂ ਲਿਖ ਸਕਦੇ ਹੋ ਮੇਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਸਵੈ ਜੀਵਨੀ ਆ ਜਿਹੜੀ ਉਹਨਾਂ ਦੀ ਇੱਕ ਰਚਨਾ ਬਹੁਤ ਹੀ ਜਿਹੜੀ ਪ੍ਰਸਿੱਧ ਹੋਈ ਹੈ ਉਹ ਮੰਨੀ ਜਾਂਦੀ ਹੈ ਨਿੰਮ ਦੇ ਪੱਤੇ ਰਚਨਾ ਦਾ ਸਾਹਿਤ ਰੂਪ ਕੀ ਹੈ ਰੇਖਾ ਚਿੱਤਰ ਅਗੇ ਸੂਫੀ ਮਤ ਵਿੱਚ ਤੋਹੀਦ ਤੋਂ ਕੀ ਭਾਵ ਹੈ ਇੱਕ ਰੱਬ ਵਿੱਚ ਵਿਸ਼ਵਾਸ ਇਹ ਤੁਸੀਂ ਨੋਟ ਕਰ ਲਓ ਤੋਹੀਦ ਸੂਫੀ ਮਤ ਵਿੱਚ ਤੋਹੀਦ ਤੋਂ ਕੀ ਭਾਵ ਹੈ ਇਹ ਆਪਾਂ ਕਰ ਚੁੱਕੇ ਆ ਨੈਕਸਟ ਹੈਗੀ ਹੈ ਬੁੱਲੇ ਸ਼ਾਹ ਸੂਫੀਆਂ ਦੇ ਕਿਸ ਸਿਲਸਿਲੇ ਨਾਲ ਸੰਬੰਧ ਰੱਖਦਾ ਹੈ ਤਾਂ ਕਾਦਰੀ ਜੇ ਉਹਦੇ ਵਿੱਚ ਕਾਦਰੀ ਨਹੀਂ ਆਉਂਦਾ অপਸ਼ਨ ਦੇ ਵਿੱਚ ਤਾਂ ਤੁਸੀਂ ਮਲਾਮਤੀ ਵੀ ਲਾ ਸਕਦੇ ਹੋ ਪਰ ਜੇ ਉਹਦੇ ਵਿੱਚ ਆਲਰੇਡੀ ਕਾਦਰੀ ਹੈ ਤਾਂ ਤੁਸੀਂ ਕਾਦਰੀ ਤੇ ਟਿਕ ਕਰੋਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਿੱਥੀ ਕਾਵ ਰੂਪ ਦੀ ਵਰਤੋਂ ਕਿਹੜੇ ਬਾਣੀਕਾਰਾਂ ਨੇ ਕੀਤੀ ਗੁਰੂ ਨਾਨਕ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਜੀ ਨੇ ਥਿੱਥੀ ਕਾਵ ਰੂਪ ਇਹ ਤੁਸੀਂ ਨੋਟ ਕਰ ਲਓ ਗੁਰੂ ਨਾਨਕ ਦੇਵ ਜੀ ਨੇ ਇਸ ਥਿੱਥੀ ਕਾਵ ਰੂਪ ਦੇ ਵਿੱਚ ਲਿਖਿਆ ਭਗਤ ਕਬੀਰ ਜੀ ਨੇ ਲਿਖਿਆ ਤੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਹੜੀ ਵਾਰ ਸਭ ਤੋਂ ਛੋਟੇ ਕਾਰ ਦੀ ਹੈ ਦਾ ਸਭ ਤੋਂ ਛੋਟੇ ਕਾਰ ਦੀ ਬਸੰਤ ਦੀ ਵਾਰ ਹੈ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਕਿਹੜਾ ਰਾਗ ਹੈ ਜਿਸ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ ਤਾਂ ਰਾਗ ਜਜਾਵੰਤੀ ਤੇ ਇਹ ਸਭ ਤੋਂ ਅਖੀਰਲਾ ਰਾਗ ਆਪਾਂ ਮੰਨਦੇ ਹਾਂ ਰਾਗ ਜਜਾਵੰਤੀ ਇਹ ਪਹਿਲੇ 파ੜ ਚ ਸੀ ਹੁਣ ਨੈਕਸਟ ਜਿਹੜੇ ਤੁਹਾਨੂੰ ਦੂਸਰੇ 파ੜ ਦੇ ਵਿੱਚ ਕੁਐਸਚਨ ਆਏ ਹੈਗੇ ਆ ਉਹ ਆਪਾਂ ਹੁਣ ਡਿਸਕਸ ਕਰਦੇ ਆ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਮਾਜ ਕੀ ਵਾਰ ਮਾਜ ਕੀ ਵਾਰ ਕਿਸ ਨੇ ਲਿਖੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਕ ਨਾਮ ਦੇਵ ਦੁਆਰਾ ਰਚਿਤ ਸ਼ਬਦਾਂ ਦੀ ਗਿਣਤੀ ਕਿੰਨੀ ਹੈ 61 ਆਵਰ ਅਵਰ ਅੱਲਾ ਨੂਰ ਉਪਾਇਆ ਸ਼ਬਦ ਕਿਸ ਤੇ ਹਨ ਭਗਤ ਕਬੀਰ ਜੀ ਦੇ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਇੱਥੇ ਅਸੀਂ ਕਾਫੀ ਕਨਫਿਊਜ਼ ਹੋ ਜਾਂਦੇ ਆ ਤੇ ਯਾਦ ਰੱਖਣੀ ਹੈ ਇਹ ਵਾਲੇ ਸ਼ਬਦ ਭਗਤ ਕਬੀਰ ਜੀ ਦੇ ਨੇ। ਸ਼੍ਰੀ ਆਦ ਗ੍ਰੰਥ ਬੀੜ ਦਾ ਸੰਕਲਨ ਕਿਸ ਸਥਾਨ ਹੋਇਆ? ਕਿਸ ਸਥਾਨ ਉੱਪਰ? ਰਾਮ ਸਰ ਸਰੋਵਰ ਦੇ ਕਿਨਾਰੇ ਤੇ। ਭਗਤ ਰਵੀਦਾਸ ਜੀ ਦੁਆਰਾ ਸ਼ਬਦ ਜਿਹੜਾ ਇਹਨਾਂ ਦੇ ਵਿੱਚ ਤੁਸੀਂ ਲੱਭਣਾ ਹੈ ਤਾਂ ਬੇਗਮਪੁਰਾ ਸਹਿਰ ਕੋਨਾਉਂ ਇਹ ਤੁਸੀਂ ਸਾਰੇ ਜਰੂਰ ਪੜ੍ਹ ਕੇ ਜਾਣਾ ਪੇਪਰ ਦੇ ਵਿੱਚ ਸਿਲੇਬਸ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਤੁਹਾਨੂੰ ਕਬੀਰ ਜੀ ਦੇ ਵੀ ਪੁੱਛੇ ਜਾ ਸਕਦੇ ਆ ਰਵਿਦਾਸ ਜੀ ਦੇ ਵੀ ਉਹ ਜਰੂਰ ਤੁਸੀਂ ਪੇਪਰ ਤੋਂ ਪਹਿਲਾਂ ਪੜ੍ਹ ਲੈਣੀ ਬੇਗੰਪੂਰਾ ਸ਼ਹਿਰ ਕੋ ਨਾਓ ਇਹ ਰਵਿਦਾਸ ਦਾ ਸ਼ਬਦ ਹੈ ਹੀਰ ਵਾਰਿਸ਼ ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਹੋਈ ਹੈ ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਪੰਜਾਬੀ ਵਿੱਚ ਆਇਆ ਅਰਬੀ ਭਾਸ਼ਾ ਤੋਂ ਪੰਜਾਬੀ ਵਿੱਚ ਆਇਆ ਕਿਸਾਕਾਰ ਕਿਸੇ ਦੇ ਕਿਸ ਭਾਗ ਵਿੱਚ ਆਪਣੀ ਇਸ਼ਤ ਪ੍ਰਤੀ ਵੰਦਨਾ ਕਰਦਾ ਹੈ ਤਾਂ ਮੰਗਲਾਚਰਨ ਤੁਸੀਂ ਲਿਖੋਗੇ ਕਿ ਮੰਗਲਾਚਰਨ ਦੇ ਵਿੱਚ ਉਹ ਆਪਣੇ ਇਸ਼ਤ ਪ੍ਰਤੀ ਵੰਦਨਾ ਕਰਦਾ ਹੈ ਕਿਸਾਕਾਰ ਕਿਸੇ ਦੇ ਕਿਸ ਭਾਗ ਵਿੱਚ ਆਪਣੀ ਇਹ ਉਹ ਪੜ ਚੁੱਕੀਆਂ ਡਬਲ ਡਬਲ ਹੋ ਜਾਂਦੇ ਆ ਅੱਗੇ ਪੜਦੇ ਆ ਅਵਰ ਹਮਦ ਖੁਦਾਏ ਕਾ ਵਿਰਦ ਵਿਰਦ ਕੀਜ਼ੇ ਇਸ਼ਕ ਕੀਤਾ ਸੁਜਗ ਦਾ ਮੀ ਮੂਲ ਮੀਆਂ ਕਾ ਉਸ ਤਰ੍ਹਾਂ ਕਿਸ ਦੀਆਂ ਨੇ ਵਾਰਿਸ਼ ਆਧੀਆਂ ਨੇ ਉਹ ਆਪਣੀ ਸਟਾਰਟਿੰਗ ਦੇ ਵਿੱਚ ਜਦੋਂ ਲਿਖਦੀ ਆ ਕਿਉਂਕਿ ਜਿਹੜਾ ਸਟਾਰਟਿੰਗ ਚ ਲਿਖਿਆ ਜਾਂਦਾ ਮੰਗਲਾਚਰਨ ਤੇ ਲਾਸਟ ਦੇ ਵਿੱਚ ਜਿਹੜਾ ਮਹਾਤਮ ਉਹ ਤੁਸੀਂ ਜ਼ਰੂਰ ਧਿਆਨ ਚ ਰੱਖਣੀ ਆ ਉਹ ਸਾਰੀਆਂ ਤੁਸੀਂ ਪੜ ਲਿਓ ਅਲੱਗ-ਅਲੱਗ ਕਿੱਸਿਆਂ ਦੇ ਵਿੱਚ ਵੀ ਪੁੱਛਿਆ ਜਾਂਦੀ ਹੈ ਤੇ ਜੰਗਨਾਮਿਆਂ ਦੇ ਵਿੱਚ ਵੀ ਪੁੱਛਿਆ ਜਾਂਦੀਆਂ ਕਿੱਸਾ ਪੂਰਨ ਭਗਤ ਕਿਸ ਦੀ ਸ਼ਾਹਕਾਰ ਰਚਨਾ ਹੈ ਕਾਦਰ ਯਾਰ ਦੀ ਚੰਡੀ ਦੀ ਵਾਰ ਦਾ ਮੂਲ ਸਰੂਪ ਕੀ ਹੈ ਮਾਰਕੰਡੇ ਪੁਰਾਣ ਇਹ ਕਾਫੀ ਪੁੱਛਿਆ ਜਾਂਦਾ ਬਹੁਤ ਇੰਪੋਰਟੈਂਟ ਹੈ ਇਨਾਂ ਵਿੱਚੋਂ ਕਿਹੜੀ ਵਾਰ ਪੀਰ ਮੁਹੰਮਦ ਦੁਆਰਾ ਰਚਿਤ ਹੈ ਤਾਂ ਚੱਠਿਆਂ ਦੀ ਵਾਰ ਹੈ ਜਿਹੜੀ ਪੀਰ ਮੁਹੰਮਦ ਦੁਆਰਾ ਲਿਖੀ ਗਈ ਹੈ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਲਾਇਆ ਗਿਆ ਇਹ ਕਿ ਜਿਹੜੀਆਂ 17 ਕਿਸਦੀਆਂ ਨੇ ਤਾਂ ਇਹ ਸ਼ਾਹ ਮੁਹੰਮਦ ਦੀਆਂ ਨਹੀਂ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ। ਜਲੰਧਰ ਨਾਥ ਕਿਸੇ ਸਮਕਾਲੀ ਸਨ ਤਾਂ ਇਹ ਮਛੰਦਰ ਨਾਥ ਦੇ ਸਮਕਾਲੀ ਸਨ। ਕਿਸ ਵਿਦਵਾਨ ਨੇ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਨਾਲ ਵਿਚਰਾ ਸਥਾਨ ਦਿੱਤਾ ਤਾਂ ਉਹ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਦਿੱਤਾ ਹੈ। ਗੋਰਖਾਟੜੀ ਕਿੱਥੇ ਹੈ? ਪਿਸ਼ਾਵਰ ਦੇ ਵਿੱਚ। ਪਾਕਿਸਤਾਨ ਦੇ ਵਿੱਚ ਪਿਸ਼ਾਵਰ ਦੇ ਵਿੱਚ ਜਿਹੜੀ ਗੋਰਖਾਟੜੀ ਸਥਿਤ ਹੈ। ਨਾਥ ਸਾਹਿਦ ਦਾ ਸਮਾਂਕਾਲ ਦੱਸੋ। 8ਵੀਂ ਤੋਂ 10ਵੀਂ ਸਦੀ ਦੇ ਵਿੱਚ ਅਸੀਂ ਨਾਥ ਜੋਗੀਆਂ ਦਾ ਸਮਾਂ ਕਾਲ ਮੰਨਦੇ ਹਾਂ ਅੰਮ੍ਰਿਤਾ ਪ੍ਰੀਤਮ ਦੇ ਕਿਸ ਕਾਪ ਸੰਗ੍ਰਹਿ ਨੂੰ ਗਿਆਨਪੀਠ ਪੁਰਸਕਾਰ ਪ੍ਰਾਪਤ ਹੋਇਆ ਤਾਂ ਇੱਕ ਕਾਗਜ਼ ਤੇ ਕੈਨਵਸ ਤੇ ਉੱਪਰ ਇਹਨਾਂ ਨੂੰ ਗਿਆਨਪੀਠ ਜਿਹੜਾ ਪ੍ਰਾਪਤ ਹੋਇਆ ਇਹ ਧਿਆਨ ਚ ਰੱਖਣਾ ਵੀ ਗਿਆਨਪੀਠ ਇਸ ਦੇ ਉੱਪਰ ਮਿਲਿਆ ਤੇ ਸੁਨੇਹੜੇ ਦੇ ਉੱਪਰ ਇਹਨਾਂ ਨੂੰ ਸਾਇਤਿਕ ਅਕਾਦਮੀ ਪੁਰਸਕਾਰ ਮਿਲਿਆ ਤਾਂ ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ ਤਾਂ ਧਿਆਨ ਚ ਰੱਖਣਾਗਾ ਅੰਬ੍ਰੀਤਾ ਪ੍ਰੀਤਮ ਨੂੰ ਇਹ ਆਪਾਂ ਕਰ ਚੁੱਕੇ ਹਾਂ ਆਧੁਨਿਕ ਪੰਜਾਬੀ ਕਵਿਤਾ ਦਾ ਜਨਮ ਕਿਸ ਸਦੀ ਵਿੱਚ ਹੋਇਆ ਤਾਂ 20ਵੀਂ ਸਦੀ ਦੇ ਵਿੱਚ ਜਿਹੜੀ ਆਧੁਨਿਕ ਪੰਜਾਬੀ ਕਵਿਤਾ ਜਿਹੜੀ ਉਹ ਸਿਖਰਾਂ ਦੇ ਉੱਪਰ ਸੀਗੀ ਤਾਂ 20ਵੀਂ ਸਦੀ ਲਾਉਂਗੇ ਤੁਸੀਂ ਕੋਲੇ ਮદાન ਕਾਫ ਸੰਗ੍ਰਹਿ ਵਿੱਚ ਕਿਸ ਸ਼ੰਦ ਦਾ ਪ੍ਰਯੋਗ ਹੋਇਆ ਸੈਲਾਨੀ ਅਗੀ ਨੈਕਸਟ ਪਾਰਟ ਕਰਦੇ ਹਾਂ ਹੁਣ ਕਿਉਂਕਿ ਇਹ ਪਾਰਟਸ ਦੇ ਵਿੱਚ ਤੁਹਾਨੂੰ ਪੁੱਛੇ ਜਾਂਦੇ ਆ ਉੱਥੇ ਪ੍ਰੇਸ਼ਨ ਭਾਰਤੀ ਸਾਹਿਤਿਕ ਅਕਾਦਮੀ ਪੁਰਸਕਾਰ ਪ੍ਰਾਪਤ ਕਾਫ ਸੰਗ੍ਰਹਿ ਚ ਨੂੰ ਕਿ ਜਿਸ ਨੂੰ ਸਾਹਿਤਿਕ ਅਕਾਦਮੀ ਪੁਰਸਕਾਰ ਮਿਲਿਆ ਹੋਇਆ ਹੈ ਮੇਰੇ ਸਾਈਆਂ ਜੀਓ ਦੇ ਉੱਪਰ ਸਾਹਿਤਿਕ ਅਕਾਦਮੀ ਪੁਰਸਕਾਰ ਤੇ ਇਹਨੂੰ ਕਿਨੂੰ ਮਿਲਿਆ ਹੋਇਆ ਉਹ ਵੀ ਤੁਸੀਂ ਯਾਦ ਰੱਖਣਾ ਹੈ ਭਾਈ ਵੀਰ ਸਿੰਘ ਜੀ ਨੂੰ ਮੌਨ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ ਕਾਫ 70 ਕਿਸ ਕਵਿਤਾ ਦੀ ਹੈ ਇਹ ਜਿਹੜੀ 70 ਹੈ ਉਹ ਬਸੰਤ ਜਿਹੜੀ ਕਵਿਤਾ ਉਸਦੀ ਇੱਕ ਸਤਰ ਹੈ ਕਿਹੜਾ ਸਮਾਂ ਅੰਮ੍ਰਿਤ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਹੈ ਸੌਰੀ 1919 ਤੋਂ 2005 ਤੁਸੀਂ ਜਿਲ੍ਹਿਆਂ ਵਾਲੇ ਬਾਗ ਦੀ ਜਿਹੜੀ ਘਟਨਾ ਉਹਦੇ ਨਾਲ ਇਹਨਾਂ ਦਾ ਜਨਮ ਯਾਦ ਰੱਖ ਸਕਦੇ ਹੋ ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਜਨਮ ਹੈ ਉਸ ਟਾਈਮ ਹੋਇਆ ਤੇ 2005 ਤੱਕ ਉਹਨਾਂ ਦਾ ਜਿਹੜਾ ਸਮਾਂ ਜਿਹੜਾ ਪੂਰਾ ਹੁੰਦਾ ਜੀਵਨ ਕਾਲ ਕਿਹੜਾ ਕਾਵ ਸੰਗ੍ਰਹਿ ਪੰਜਾਬੀ ਕਵੀ ਜਗਤਾਰ ਨਾਲ ਸੰਬੰਧਿਤ ਨਹੀਂ ਹੈ ਹੁਣ ਫਿਰ ਉਹੀ ਕੁਐਸਚਨ ਹੈ ਕਿ ਇੱਥੇ ਉਹਨਾਂ ਨੇ ਨਹੀਂ ਪੁੱਛਿਆਗਾ ਤਾਂ ਪਹਿਲਾਂ ਤਾਂ ਤੁਸੀਂ ਜਿਹੜੇ ਉਹਨਾਂ ਦੇ ਹੈਗੇ ਆ ਜਿਵੇਂ ਜੁਗਨੂ ਦੀਵਾ ਤੇ ਦਰਿਆ ਇਹਨੂੰ ਕ੍ਰੋਸ ਕਰ ਦੋਗੇ ਦੁੱਧ ਪਥਰੀ ਵੀ ਉਹਨਾਂ ਦਾ ਹੈ ਕ੍ਰੋਸ ਕਰ ਦਿਓਗੇ ਚੁਨਾਕਰੀ ਸ਼ਾਮ ਨੂੰ ਕਰ ਦੋਗੇ ਤੇ ਪੱਥਰਗੀਟੇ ਅੰਮ੍ਰਿਤਾ ਪ੍ਰੀਤਮ ਦੇ ਨੇ ਇਹ ਇਹਨਾਂ ਦੇ ਉੱਪਰ ਤੁਸੀਂ ਟਿੱਕ ਲਾ ਦੋਗੇ ਇਹ ਜਗਤਾਰ ਜੀ ਦੇ ਨਹੀਂ ਨਹੀਂ ਲੋਕ ਕਥਾ ਕਾਵ ਸੰਗ੍ਰਹਿ ਕਿਸ ਦੀ ਰਚਨਾ ਹੈ ਤਾਂ ਇਹ ਅਵਤਾਰ ਪਾਸ਼ ਦੀ ਹੈ ਰਚਨਾ ਲੋਕ ਕਥਾ ਉਸ ਤੋਂ ਅੱਗੇ surjeet patar ਦੁਆਰਾ ਰਚਿਤ ਕਾਫ ਸੰਗ੍ਰਹਿ ਕਿਹੜਾ ਹੈ ਤਾਂ ਇਹਦੇ ਵਿੱਚੋਂ ਬੋਲੋ ਅਲਾਪ ਕ੍ਰਾਸ ਕਰ ਦੋਗੇ ਸ਼ਹਿਰ ਜੰਗਲੀ ਹੈ ਪੌਣ ਉਦਾਸ ਹੈ ਇਹ ਉਹਨਾਂ ਦੇ ਨਹੀਂ ਨੇ ਹਵਾ ਵਿੱਚ ਲਿਖੇ ਹਰਫ surjeet patar ji ਦਾ ਕਾਫ ਸੰਗ੍ਰਹਿ ਹੈ ਪੂਰਬੀ ਪੰਜਾਬ ਵਿੱਚ ਬੋਲੀਆਂ ਜਾਣ ਵਾਲੀਆਂ ਪੰਜਾਬੀ ਉਪਭਾਸ਼ਾਵਾਂ ਦਾ ਸਹੀ ਕ੍ਰਮ ਲਿਖੋ ਹੁਣ ਦੇਖੋ ਵੀ ਤੁਸੀਂ ਜਿੰਨੇ ਵੀ ਬਾਕੀ ਪੜੋਗੇ ਲੈਂਦੀ ਸ਼ਬਦ ਆਇਆ ਚੌਥੇ ਆਪਸ਼ਨ ਚ ਇਹ ਪਾਕਿਸਤਾਨ ਚ ਆ ਜਾਂਦਾ ਸਰਾਇਕੀ ਆਪਾਂ ਕਦੇ ਇਧਰ ਬੋਲਦੀ ਨਹੀਂ ਹੈ ਆਪਣਾ ਹੈ ਹੀ ਨਹੀਂ ਪੋਠੋਹਾਰੀ ਮਲਤਾਨੀ ਇਹ ਵੀ ਪਾਕਿਸਤਾਨ ਦੀਆਂ ਨਹੀਂ ਤਾਂ ਤੁਹਾਨੂੰ ਸਾਫ਼ ਹੀ ਕਲੀਅਰ ਹੈ ਕਿ ਆਪਣੇ ਪੰਜਾਬ ਦੇ ਵਿੱਚ ਮਾਝੀ ਦੁਆਬੀ ਮਲਵਈ ਤੇ ਪੁਆਦੀ ਬੋਲੀ ਜਾਂਦੀ ਹੈ ਇਹਦੇ ਵਿੱਚੋਂ ਇੱਕ ਕੁਐਸਚਨ ਤੁਹਾਡਾ ਇਹ ਵੀ ਮੰਨਦਾ ਵੀ ਤੁਹਾਡੀ ਟਕਸਾਲੀ ਬੋਲੀ ਕਿਹੜੀ ਆ ਉਪਭਾਸ਼ਾ ਤੋਂ ਮਾਝੀ ਹੈ ਤਾਂ ਪਹਿਲਾ ਜਿਹੜਾ ਕਰਮ ਆ ਉਹ ਤੁਹਾਡਾ ਉਪਭਾਸ਼ਾਵਾਂ ਦਾ ਬਿਲਕੁਲ ਸਹੀ ਆ ਹੁਣ ਦੇਖੋ ਵੀ ਪੰਜਾਬੀ ਦੀ ਜਿਹੜੀ ਮਾਜੀ ਉਪ ਉਪਭਾਸ਼ਾ ਹੈ ਦੀ ਖਾਸ ਵਿਸ਼ੇਸ਼ਤਾ ਕੀ ਹੈ ਖਾਸ ਵਿਸ਼ੇਸ਼ਤਾ ਦੀ ਕੀ ਹੈ ਕਿ ਇਹਦੀ ਸੁਰ ਦੀ ਵਰਤੋਂ ਆ ਜਿਹੜੀ ਇਹਦੇ ਵਿੱਚ ਜਿਹੜੀ ਵਧੇਰੇ ਹੁੰਦੀ ਹੈ ਸੁਰ ਜ਼ਿਆਦਾ ਇਹਦੇ ਵਿੱਚ ਪੰਜਾਬੀ ਭਾਸ਼ਾ ਨਾਲ ਗੁਰਮੁਖੀ ਲਿਪੀ ਦਾ ਸਾਥ ਕਿੰਨਾ ਪੁਰਾਣਾ ਹੈ ਕਾਫੀ ਪੁਰਾਣਾ ਹੈ 500 ਸਾਲ ਤੋਂ ਵੀ ਵੱਧ ਜਿਹੜਾ ਸਾਡਾ ਗੁਰਮੁਖੀ ਲਿਪੀ ਦੇ ਨਾਲ ਜਿਹੜਾ ਸਬੰਧ ਹੈ ਤੁਸੀਂ ਆਪ ਹੀ ਯਾਦ ਰੱਖ ਲਓ ਕਿ ਜਦੋਂ ਸਾਡੀ ਬੋਲੀ ਨੂੰ ਇੱਕ ਤਰਤੀਬ ਦੇ ਵਿੱਚ ਇੱਕ ਜਦੋਂ ਸੋਧਿਆ ਗਿਆ ਦਰਸ਼ ਲਿਪੀ ਬਣਾਇਆ ਗਿਆ ਤਾਂ ਉਹ ਗੁਰੂ ਸੇਵਾਨਾ ਦੇ ਸਮੇਂ ਦਾ ਹੈ ਗੁਰੂ ਅੰਗਦ ਦੇਵ ਜੀ ਵੇਲੇ ਦਾ ਸਮਾਂ ਤਾਂ ਇਤੋਂ ਸਾਫ਼ ਹੀ ਪਤਾ ਲੱਗਦਾ ਕਿ ਇਹ ਉਹਨਾਂ ਦੇ ਸਮੇਂ ਤੋਂ ਜੇ ਆਪਾਂ ਲਈਏ ਤਾਂ 500 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਸਾਡਾ ਸਾਥ ਰਿਹਾ ਉਹਦੇ ਨਾਲ ਪੰਜਾਬੀ ਭਾਸ਼ਾ ਦਾ ਆਰੰਭ ਕਦੋਂ ਤੋਂ ਮੰਨਿਆ ਜਾਂਦਾ ਹੈ 11ਵੀਂ ਸਦੀ ਈਸਵੀ ਤੋਂ ਜਿਹੜਾ ਪੰਜਾਬੀ ਭਾਸ਼ਾ ਦਾ ਜਨਮ ਹੋਇਆ ਹੈ ਪੰਜਾਬੀ ਭਾਸ਼ਾ ਦੇ ਜਨਮ ਤੇ ਵਿਕਾਸ ਤੇ ਆਪਾਂ ਲੱਗ ਤੋਂ ਵੀਡੀਓ ਬਣਾਵਾਂਗੇ ਕਿਉਂਕਿ ਪੰਜਾਬੀ ਭਾਸ਼ਾ ਨੂੰ ਸੋਧਣ ਤੋਂ ਬਾਅਦ ਦਰਸ਼ ਬਣਾਉਣ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਬਹੁਤ ਪੁਰਾਣਾ ਹੈ ਉਹ ਵੀ ਆਪਾਂ ਗੱਲ ਕਰਾਂਗੇ ਕਿ 11ਵੀਂ ਸਦੀ ਤੋਂ ਹੁਣ ਤੱਕ ਸਾਨੂੰ ਕਿਵੇਂ ਇਹ ਜਿਹੜੀ ਇੱਕ ਵਧੀਆ ਸੋਧੀ ਹੋਈ ਭਾਸ਼ਾ ਮਿਲੀ ਹੈ ਪੰਜਾਬੀ ਪੰਜਾਬ ਸ਼ਬਦ ਕਿਹੜੀ ਭਾਸ਼ਾ ਦੇ ਸਮੇਲ ਤੋਂ ਬਣਿਆ ਹੋਇਆ ਹੈ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੋਇਆ ਹੈ ਪੰਜਾਬ ਸ਼ਬਦ ਪੰਜਾਬੀ ਦਾ ਸਬੰਧ ਇਹਨਾਂ ਵਿੱਚੋਂ ਕਿਹੜੇ ਲਿਪੀ ਪਰਿਵਾਰ ਦੇ ਨਾਲ ਹੈ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬ੍ਰਹਮੀ ਪਰਿਵਾਰ ਦੇ ਵਿੱਚੋਂ ਸਾਡੀ ਪੰਜਾਬੀ ਲਿਪੀ ਦਾ ਜਨਮ ਹੋਇਆ ਤਾਂ ਇਹਦਾ ਜਿਹੜਾ ਸਬੰਧ ਆ ਤਾਂ ਤੁਸੀਂ ਬ੍ਰਹਮੀ ਪਰਿਵਾਰ ਲਿਖੋਗੇ ਪੰਜਾਬੀ ਦਾ ਸਬੰਧ ਇਹ ਆਪਾਂ ਕਰ ਚੁੱਕੇ ਹਾਂ ਹੁਣ ਨੈਕਸਟ ਦੇਖਦੇ ਹਾਂ ਮਲਵਈ ਉਪਭਾਸ਼ਾ ਵਾਂਗ ਵਾਵਾ ਤੁਣੀ ਨੂੰ ਬੱਬੇ ਦੀ ਤੁਣੀ ਵਜੋਂ ਬੋਲਣ ਦੀ ਪ੍ਰਵਿਰਤੀ ਹੋਰ ਕਿਸ ਉਪਭਾਸ਼ਾ ਵਿੱਚ ਹੈ ਕੀ ਮਲਵਈ ਭਾਸ਼ਾ ਦੇ ਵਿੱਚ ਜਿਹੜਾ ਵਾਵਾ ਸ਼ਬਦ ਹੈ ਉਹਨੂੰ ਬੱਬੇ ਦੇ ਵਜੋਂ ਅਸੀਂ ਦੂਜੀ ਉਪਭਾਸ਼ਾ ਦੁਬਾਬੀ ਦੇ ਵਿੱਚ ਜ਼ਿਆਦਾ ਬੋਲਦੇ ਹਾਂ ਗੁਰਮੁਖੀ ਲਿਪੀ ਵਿੱਚਲੇ ਪੈਰ ਲਿਪਾਕ ਦਾ ਸਹੀ ਕ੍ਰਮ ਲਿਖੋ ਦੇਖੋ ਇਹਦੇ ਵਿੱਚ ਪਹਿਲਾਂ ਹਾ ਹੈ ਰਾਰਾ ਦੇ ਵਾਵਾ ਜਿਵੇਂ ਅੱਖਰਾਂ ਦੀ ਤਰਤੀਬ ਹੈ ਉਹਦੇ ਵਿੱਚੋਂ ਤੁਸੀਂ ਜਿਹੜੇ ਤਿੰਨ ਇਹਨੂੰ ਸੀਕੁਐਂਸ ਦੇ ਵਿੱਚ ਚੁਣੋਗੇ ਹਾ ਹਾ ਰਾਰਾ ਤੇ ਵਾਵਾ ਸਹਾਇਕ ਚੈਨ ਲਿਪੀ ਦੀ ਵਰਤੋਂ ਕਿਹੜੀ ਮਾਤਰਾ ਨਾਲ ਹੁੰਦੀ ਹੈ ਜਿਹੜੀ ਚਿੰਨ ਟਿੱਪੀ ਦੀ ਵਰਤੋਂ ਜਿਹੜੀ ਸਿਹਾਰੀ ਨਾਲ ਵੀ ਹੁੰਦੀ ਹੈ ਮੁਕਤੇ ਨਾਲ ਵੀ ਹੁੰਦੀ ਹੈ ਜਿਵੇਂ ਆੜਾ ਇਕਲਾ ਮੁਕਤੇ ਵਜੋਂ ਜਿਹੜੀ ਸਾਊਂਡ ਆਉਂਦੀ ਹੈ ਤੇ ਔਂਕੜ ਇਹ ਤੁਸੀਂ ਧਿਆਨ ਨਾਲ ਦੇਖਣਾ ਨਾ ਤਾਂ ਲਾਣਾ ਲੱਗਦਾ ਇੱਥੋਂ ਤੁਹਾਡਾ ਕ੍ਰੋਸ ਹੋ ਜੂਗਾ ਦਲਾਮਾਂ ਦੇ ਨਾਲ ਵੀ ਟਿੱਪੀ ਨਹੀਂ ਲੱਗਦੀ ਤੇ ਥੱਲੇ ਕੰਨੇ ਦੇ ਨਾਲ ਵੀ ਟਿੱਪੀ ਨਹੀਂ ਲੱਗਦੀ ਤਾਂ ਇਹ ਪਹਿਲਾਂ ਹੀ ਕ੍ਰੋਸ ਕਰਦੇ ਹੋਗੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਕੋਈ ਆਪਸ਼ਨ ਚੂਜ਼ ਕਰਨਾ ਹੈ ਉਹਦੇ ਵਿੱਚੋਂ ਪਹਿਲਾਂ ਉਹਨਾਂ ਨੂੰ ਕ੍ਰੋਸ ਕਰੋ ਜਿਹੜੇ ਬਿਲਕੁਲ ਹੀ ਮੈਚ ਹੀ ਨਹੀਂ ਕਰਦੇ ਉਸ ਚੀਜ਼ ਦੇ ਨਾਲ ਤਾਂ ਤੁਸੀਂ ਇਜ਼ੀਲੀ ਆਪਸ਼ਨ ਦੇ ਜਿਹੜੇ ਨੇੜੇ ਪਹੁੰਚ ਜਾਣੇ ਹੋ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦਾਂ ਨੂੰ ਕੀ ਕਹਿੰਦੇ ਆ ਦੋ ਤੋਂ ਜਦੋਂ ਵੱਧ ਸ਼ਬਦ ਜਦੋਂ ਬਣਦੇ ਆ ਤਾਂ ਉਹਨਾਂ ਨੂੰ ਆਪਾਂ ਸਮਾਸੀ ਸ਼ਬਦ ਬੋਲਦੀਆਂ ਛੜਕ ਸ਼ਬਦ ਦੇ ਵਿਰੋਧੀ ਸ਼ਬਦ ਦੀ ਚੋਣ ਕਰੋ ਮਤਲਬ ਕਿ ਇੱਥੇ ਆਪਾਂ ਜੋ ਦੇ ਉਲਟ ਹੈ ਛੜਕ ਤਾਂ ਦਲਾਸਾ ਕਿਉਂਕਿ ਉਲਾਂਬਾ ਵੀ ਉਹਦਾ ਹੀ ਇੱਕ ਬਣ ਜਾਂਦਾ ਹੈ ਛਟਕਾਰ ਇਸ ਅਧਿਕਾਰ ਤਾਂ ਬਿਲਕੁਲ ਹੀ ਨਹੀਂ ਹੋਊਗਾ ਦਲਾਸਾ ਮਤਲਬ ਇੱਕ ਸਾਈਡ ਆਪਾਂ ਝੜਕਦੇ ਆਂ ਦੂਸਰੀ ਸਾਈਡ ਆਪਾਂ ਜੇ ਵਿਰੋਧੀ ਸ਼ਬਦ ਦੇਖੀਏ ਤਾਂ ਕਿਸੇ ਨੂੰ ਦਲਾਸਾ ਦੇਣਾ ਉਸ ਤੋਂ ਬਾਅਦ ਸ਼ਾਮ ਸਾਂਝ ਤ੍ਰਕਾਲਾ ਆਥਨ ਆਦ ਸ਼ਬਦਾਂ ਵਿੱਚ ਕਿਸ ਵਰਗ ਦੇ ਅੰਤਰਗਿੱਤਾਂ ਆਉਂਦੇ ਆ ਤਾਂ ਇਹ ਸਾਰੇ ਕੀ ਹੈ ਸ਼ਾਮ ਇਹ ਸਾਰਾ ਈਵਨਿੰਗ ਦੇ ਵਿੱਚ ਹੀ ਉਹਨਾਂ ਨੇ ਲਿਆ ਵੀ ਸ਼ਾਮ ਨੂੰ ਸਾਂਝ ਤ੍ਰਕਾਲਾ ਆਥਨ ਅਸੀਂ ਤਦਾਂ ਸ਼ਾਮ ਦੇ ਸਮੇਂ ਨੂੰ ਜਿਹੜਾ ਮੰਨਦੇ ਆ ਸਾਰੇ ਤਾਂ ਇਹ ਸਾਰੇ ਸਮਾਨ ਅਰਥ ਨੇ ਕਿਉਂਕਿ ਇੱਕ ਦੂਜੇ ਦੇ ਨਾਲ ਇਹਨਾਂ ਦਾ ਸੇਮ ਹੀ मीनिंग ਹੈ ਉਸ ਤੋਂ ਬਾਅਦ ਉਹ ਸ਼ਬਦ ਚੁਣਨਾ ਹੈ ਕਿਹੜੇ ਸ਼ਬਦ ਵਿੱਚ ਅਗੇਤਰ ਦੀ ਵਰਤੋਂ ਨਹੀਂ ਹੋਈ ਤਾਂ ਇਹਦੇ ਵਿੱਚ ਕਿਹਦੇ ਵਿੱਚ ਨਹੀਂ ਹੋਈ ਅਣਪੜ ਦੇ ਵਿੱਚ ਵੀ ਹੋਈ ਹੋਈ ਹੈ ਨਿਰਾਰਥਿਕ ਸ਼ਬਦ ਦੇ ਵਿੱਚ ਵੀ ਹੋਈ ਹੈ ਕਵੇਲੇ ਵਿੱਚ ਵੀ ਖੁਸ਼ਾਮੰਦ ਵਿੱਚ ਨਹੀਂ ਹੋਈ ਹੋਈ ਕਿਹੜਾ ਗੇਤਰ ਅਰਬੀ ਫਾਰਸੀ ਸਰੋਤ ਦਾ ਨਹੀਂ ਹੈ ਤਾਂ ਤੁਸੀਂ ਥਰਡ ਆਪਸ਼ਨ ਲੀਰ ਐਵੇਂ ਦੇ ਕੁਐਸਚਨ ਥੋੜੇ ਟੈਕਨੀਕਲ ਹੋ ਜਾਂਦੇ ਆ ਕਈ ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਆ ਤੇ ਇਸ ਲਈ ਤੁਸੀਂ ਇਹ ਗੇਤਰ ਤੇ ਅਪਸ਼ੇਤਰ ਜ਼ਰੂਰ ਪੜ੍ਹ ਲਓ ਨੈਕਸਟ ਪਾਰਟ ਦੇ ਵਿੱਚ ਜਿਹੜੇ ਕੁਐਸਚਨ ਆਈ ਸੀ ਉਹ ਡਿਸਕਸ ਕਰਦੇ ਆ ਕਿਹੜਾ ਸ਼ਬਦ ਭਾਵ ਵਾਚੀ ਨਾਮ ਦੇ ਅਰਥਾਂ ਨੂੰ ਨਹੀਂ ਦਰਸਾਉਂਦਾ ਭਾਵ ਕੀ ਹੁੰਦਾ ਕਿ ਜੋ ਆਪਾਂ ਜਿਹਦੇ ਵਿੱਚ ਤੁਹਾਡੀਆਂ ਫੀਲਿੰਗਸ ਐਕਸਪ੍ਰੈਸ ਹੁੰਦੀਆਂ ਭਾਵਨਾਵਾਂ ਜਿਵੇਂ ਸ਼ੈਨਸ਼ੀਲਤਾ ਸਿਆਨਪ ਕੁੜਤਨ ਇਹ ਸਾਰੇ ਭਾਵਵਾਚਕ ਨਾਮ ਨੇ ਤਾਂ ਕੋਹੀ ਨੂਰ ਇੱਕ ਖਾਸ ਨਾਮ ਹੈ ਤਾਂ ਇਹ ਜਿਹੜਾ ਹੈਗਾ ਇਹਦੇ ਵਿੱਚੋਂ ਭਾਵਵਾਚੀ ਨਹੀਂ ਆ ਤਾਂ ਇੱਥੇ ਤੁਸੀਂ ਕਰੈਕਟ ਕਰ ਦੋਗੇ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਜੋਜਕ ਕਿਹਾ ਜਾਂਦਾ ਹੈ ਨੈਕਸਟ ਆਪਾਂ ਵਿਸਮਿਕ ਸ਼ਬਦ ਹੈ ਕਾਸ਼ ਇਹ ਅਸੀਂ ਕਿਦੇ ਲਈ ਵਰਤਦੇ ਆਂ ਕਾਸ਼ ਹੁਣ ਦੇਖੋ ਵੀ ਆਪਾਂ ਕਹਿੰਦੇ ਨੇ ਕਾਸ਼ ਮੈਂ ਡਾਕਟਰ ਹੁੰਦਾ ਕਾਸ਼ ਮੈਂ ਜੱਜ ਹੁੰਦਾ ਤਾਂ ਕਈ ਚੀਜ਼ਾਂ ਦੇ ਵਿੱਚ ਕੀ ਸਾਡੀ ਇੱਛਾ ਹੁੰਦੀ ਐ ਤਾਂ ਇੱਥੇ ਕੀ ਸਾਡਾ ਸਾਫ਼ ਹੀ ਪਤਾ ਲੱਗਦਾ ਵੀ ਇਹ ਵਰਡ ਅਸੀਂ ਉਦੋਂ ਵਰਤਦੇ ਆਂ ਜਦੋਂ ਸਾਡੇ ਕੋਈ ਤਮੰਨਾ ਜਾਂ ਇੱਛਾ ਤਾਂ ਸਾਡੇ ਅੰਦਰੋਂ ਕੋਈ ਇਹ ਚੀਜ਼ ਦੀ ਹੁੰਦਾ ਕਿ ਅਸੀਂ ਇਹ ਚੀਜ਼ ਕਰਨੀ ਸੀ ਜਾਂ ਇਹ ਚੀਜ਼ ਬਣਾਉਣਾ ਸੀ ਸੁਚੇਤ ਅਲੱਗ ਤੋਂ ਆ ਉਮੀਦ ਵੀ ਅਲੱਗ ਤੋਂ ਐ ਤੇ ਫਟਕਾਰ ਵੀ ਤਾਂ ਇੱਛਾ ਸ਼ਬਦ ਹੈ ਜਿਹੜਾ ਇਹਦੇ ਲਈ ਫਿੱਟ ਬੈਂਦਾ ਹੈ ਚਾਂਦੀ ਦੀ ਜੁੱਤੀ ਮਾਰਨੀ ਮੁਹਾਵਰਾ ਕਿਹੜੇ ਅਰਥਾਂ ਦਾ ਸੂਚਕ ਹੈ ਹੁਣ ਦੇਖੋ ਚਾਂਦੀ ਦੀ ਜੁੱਤੀ ਮਾਰਨੀ ਬਹੁਤ ਪਿਆਰ ਕਰਨਾ ਇਹ ਤਾਂ ਬਿਲਕੁਲ ਹੀ ਨਹੀਂ ਹੋਊਗਾ ਕਿਉਂਕਿ ਦੇ ਵਿੱਚ ਸਾਫ਼ ਹੀ ਪਤਾ ਹੈਗਾ ਕਿ ਕੋਈ ਮਤਲਬ ਕਿ ਅਪੋਜ਼ਿਟ ਹੈ ਦੀ ਬੋਲ ਕਬੋਲ ਕਰਨਾ ਇਹ ਵੀ ਨਹੀਂ ਹੈਗਾ ਆਉ ਭਗਤੀ ਕਰਨੀ ਇਹ ਤਾਂ ਬਿਲਕੁਲ ਹੀ ਨਹੀਂ ਤੇ ਇਹ ਵੱਡੀ ਦੇਣੀ ਆ ਉਸ ਤੋਂ ਬਾਅਦ ਗਿੱਲਾ ਪੀਨ ਪਾਉਣਾ ਮੁਹਾਵਰੇ ਦੀ ਵਰਤੋਂ ਕਿਹਨਾਂ ਅਰਥਾਂ ਵਿੱਚ ਕੀਤੀ ਜਾਂਦੀ ਹੈ ਦੇਖੋ ਗਿੱਲਾ ਪੀਣਾ ਤੁਸੀਂ ਆਪ ਹੀ ਦੇਖੋ ਵੀ ਕੋਈ ਗਿੱਲੀ ਚੀਜ਼ ਹੈ ਉਹਦਾ ਜੇ ਪੀਨ ਕਰਾਂਗੇ ਤਾਂ ਉਹ ਕੰਮ ਕੀ ਹੈ ਉਹ ਲੰਬਾ ਹੀ ਜਾਂਦਾ ਹੈ ਤਾਂ ਸੋਚੀ ਪੈ ਜਾਣਾ ਇਹ ਵੀ ਨਹੀਂ ਹੈ ਬਿਮਾਰ ਪੈ ਜਾਣਾ ਇਹ ਵੀ ਨਹੀਂ ਹੈਗਾ ਕੰਮ ਖਰਾਬ ਕਰ ਦੇਣਾ ਇਹ ਵੀ ਨਹੀਂ ਕੰਮ ਨੂੰ ਲਮਕਾਈ ਜਾਣਾ ਵੀ ਕਿਸੇ ਕੰਮ ਨੂੰ ਗਿੱਲੇ ਪੀਣ ਵਾਂਗ ਵੀ ਜਿਵੇਂ ਉਹ ਚੀਜ਼ ਦਾ ਕੋਈ ਵੀ ਨਹੀਂ ਸਮਾਂ ਹੁੰਦਾ ਵੀ ਸੁੱਕੂਗਾ ਤਾਂ ਫੇਰ ਅਸੀਂ ਉਹਦਾ ਉਹ ਕਰਾਂਗੇ ਨਹੀਂ ਤਾਂ ਉਹ ਫਿਰ ਉਹੀ ਹੁੰਦਾ ਤਾਂ ਇਹਦੇ ਵਿੱਚ ਕੀ ਕਿਸੇ ਕੰਮ ਨੂੰ ਆਪਾਂ ਬਹੁਤ ਦੇਰੀ ਕਰ ਦੇਣੀ ਕਈ ਵਾਰ ਹੁੰਦਾ ਕੰਮ ਲਮਕਾਈ ਦੀ ਜਗ੍ਹਾ ਤੇ ਦੇਰੀ ਕਰ ਦੇਣੀ ਇਹ ਵੀ ਵਰਡ ਆ ਸਕਦਾ ਹੈ ਤਾਂ ਤੁਸੀਂ ਚੂਜ਼ ਕਰ ਲੈਣਾ ਹੈ ਮੂਲ ਨਾਲੋਂ ਵਿਆਜ ਵੱਧ ਦੇ ਅਰਥਾਂ ਨੂੰ ਸਹੀ ਰੂਪ ਵਿੱਚ ਦਰਸਾਉਣ ਵਾਲੀ ਖਾਨ ਦੀ ਪਛਾਣ ਕਰੋ ਮੂਲ ਨਾਲੋਂ ਵਿਆਜ ਆਪਾਂ ਅਕਸਰ ਇਹ ਕਹਿ ਦਿੰਦੇ ਆ ਕਿ ਜਿਵੇਂ ਆਪਾਂ ਕਹਿੰਦੇ ਮੂਲ ਨਾਲੋਂ ਵਿਆਜ ਪਰ ਆਪਾਂ ਬੱਚੇ ਲਈ ਵੀ ਕਹਿ ਦਿੰਦੇ ਆ ਵੀ ਵੀ ਮਾਂ ਲਈ ਆਪਣੇ ਜਿਹੜਾ ਪੋਤਰਾ ਹੁੰਦਾ ਉਹ ਉਹਦੇ ਪੁੱਤ ਨਾਲੋਂ ਵੀ ਵੱਧ ਪਿਆਰਾ ਹੁੰਦਾ ਤਾਂ ਉਸ ਸੈਂਸ ਦੇ ਵਿੱਚ ਵੀ ਆਪਾਂ ਇਹਨੂੰ ਕਾਫੀ ਵਰਤਦੇ ਆ ਤਾਂ ਦਾੜੀ ਨਾਲੋਂ ਮੂਛਾਂ ਵੱਡੀਆਂ ਖਾਣ ਪੀਣ ਦੇ ਭੁੱਖੇ ਵਿਅਕਤੀ ਲਈ ਵਰਤਿਆ ਜਾਣ ਵਾਲਾ ਖਾਨ ਖਾਣ ਪੀਣ ਦੇ ਲਈ ਜੋ ਭੁੱਖੇ ਹੁੰਦੇ ਉਹਨਾਂ ਲਈ ਜਿਹੜੇ ਖਾਣੇ ਦਾ ਵਿੱਚ ਆਪ ਵਰਤਦੇ ਨੇ ਕਿਹੜਾ ਬਣਦਾ ਜਿਵੇਂ ਵੇਖਾਂ ਤਮਾ ਪ੍ਰਾਂਤ ਉੱਥੇ گاਵਾ ਸਾਰੀ ਰਾਤ ਸਾਫ਼ ਹੀ ਪਤਾ ਲੱਗਦਾ ਵੀ ਜੇ ਕੋਈ ਕਿਸੇ ਜਾਂ ਕੋਈ ਆਟੇ ਨੂੰ ਜਾਂ ਕਿਸੇ ਚੀਜ਼ ਨੂੰ ਡਿਸ਼ ਨੂੰ ਦੇਖ ਲੇ ਤਾਂ ਉਹ ਸਾਰੀ ਰਾਤ ਉਹਦੀ ਸਰਾਣੀ ਬੈਠਾ ਰਹੇ ਇਹ ਚੀਜ਼ ਮੈਨੂੰ ਮਿਲੂਗੀ ਤਾਂ ਇਹ ਖਾਣ ਪੀਣ ਦੇ ਜੋ ਪਿੱਕ ਭੁੱਖੇ ਵਿਅਕਤੀ ਲਈ ਜਿਹੜੀ ਇੱਕ ਖਾਣ ਤੋਂ ਕਮੀ ਆ ਪ੍ਰੰਪਰਾਈ ਵਿਆਕਰਣ ਵਿੱਚ ਕਿਸ ਵਿਆਕਰਣ ਵਰਗ ਦਾ ਸਬੰਧ ਨਰ ਅਤੇ ਮਾਦਾ ਦੇ ਲਖਾਇਕ ਸ਼ਬਦਾਂ ਨਾਲ ਮੰਨਿਆ ਜਾਂਦਾ ਹੈ ਤੇ ਸਾਫ਼ ਹੀ ਕਲੀਅਰ ਹੈ ਨਰ ਤੇ ਮਾਦਾ ਜ ਜਿਨ੍ਹਾਂ ਦੇ ਵਿੱਚ ਫਰਕ ਆ ਉਹ ਸਾਨੂੰ ਲਿੰਗ ਹੀ ਜਿਹੜੇ ਸ਼ਬਦ ਹੈ ਉਹਨਾਂ ਤੋਂ ਹੀ ਪਤਾ ਲੱਗਦਾ ਕਿਉਂਕਿ ਕਾਲ ਆ ਉਹ ਸਮੇਂ ਦੇ ਨਾਲ ਹੈ ਕਾਰਕ ਹੈ ਉਹ ਇੱਕ ਵਿਆਕਰਣ ਰੂਪ ਤੇ ਵਿੱਚ ਅਲੱਗ ਤੋਂ ਬਣਦਾ ਹੈ ਵਚਨ ਉਹ ਇੱਕ ਤੋਂ ਵੱਧ ਸੰਖਿਆ ਦਰਸਾਉਂਦੇ ਹੈ ਤਾਂ ਸੋ ਇਹਦੇ ਵਿੱਚ ਕੀ ਹੈ ਲਿੰਗ ਸ਼ਬਦ ਹੈ ਜਿਹੜਾ ਸਹੀ ਆ ਪੰਜਾਬੀ ਸ਼ਬਦ ਮੋਚੀ ਦਾ ਬੋ ਵਚਨ ਸੰਬੰਧ ਕੀ ਰੂਪ ਦੇਖੋ ਵੀ ਮੋਚੀ ਦਾ ਜਿਹੜਾ ਬਹੁਵਚਕ ਮੋਚੀਆਂ ਇੱਕ ਮੋਚੀ ਤੋਂ ਵੱਧ ਮੋਚੀ ਹੋਣਗੇ ਤਾਂ ਉਹਨੂੰ ਮੋਚੀਆਂ ਕਹਾਂਗੇ ਮੋਚੀ ਵੀ ਕ੍ਰੋਸ ਹੋਊਗਾ ਮੋਚੀਆਂ ਦੇ ਵਿਝਾੜੇ ਦੇ ਉੱਪਰ ਬਿੰਦੀ ਨਹੀਂ ਲੱਗੀ ਹੋਈ ਇਹ ਵੀ ਗਲਤ ਹੈ ਤੇ ਮੋਚਿਓ ਇਹ ਕਿਸੇ ਨੂੰ ਸੰਬੋਧਨ ਹੋ ਰਿਹਾ ਹੈ ਤਾਂ ਇਹ ਵੀ ਗਲਤ ਹੈ ਤਾਂ ਮੋਚੀਆਂ ਅਸ਼ੁੱਧ ਸ਼ਬਦ ਆਪਾਂ ਚੂਜ਼ ਕਰਨਾ ਹੈ ਵਿਹਾਰ ਬਿਲਕੁਲ ਸਹੀ ਹੈ ਸੰਘਰਸ਼ ਵੀ ਬਿਲਕੁਲ ਸਹੀ ਹੈ ਸ਼ੈਨਸ਼ੀਲਤਾ ਵੀ ਸਨਮਾਨ ਦੇ ਵਿੱਚ ਨਾਣੇ ਦੀ ਥਾਂ ਤੇ ਨੰਨਾ ਸੀ ਲਿਖਦੇ ਆ ਤਾਂ ਇਹ ਸਾਫ਼ ਹੀ ਪਤਾ ਲੱਗ ਰਿਹਾ ਗਲਤ ਹੈ ਅੱਗੇ ਆਪਾਂ ਹੁਣ ਇਹਦੇ ਵਿੱਚੋਂ ਫੇਰ ਸ਼ੁੱਧ ਸ਼ਬਦ ਹੈ ਜਿਹੜਾ ਇਹ ਪਹਿਲਾਂ ਆਪਾਂ ਅਸ਼ੁੱਧ ਚੁਣਿਆ ਸੀ ਹੁਣ ਸ਼ੁੱਧ ਚੋਣਨਾ ਹੈ ਸਤਿਕਾਰ ਅਦਕਰ ਅਦਕਰ ਵੀ ਨਹੀਂ ਹੈਗਾ ਅਦਰਕ ਹੁੰਦਾ ਹੈ ਹੁਸ਼ਿਆਰ ਦੇ ਉੱਪਰ ਅੱਗੇ ਨੂੰ ਸਿਹਾਰੀ ਪੈਂਦੀ ਹੈ ਬਲੰਦੀ ਦੇ ਵਿੱਚ ਬੁਲੰਦੀ ਬੱਬੇ ਨੂੰ ਔਂਕੜ ਪੈਂਦਾ ਤਾਂ ਸਤਿਕਾਰ ਆ ਜਿਹੜਾ ਬਿਲਕੁਲ ਸਹੀ ਹੈ ਅਗੇ ਸ਼ੁੱਧ ਸ਼ਬਦ ਦੀ ਚੋਣ ਕਰਨੀ ਹੈ ਇਹਦੇ ਵਿੱਚੋਂ ਸੰਦਰਭ ਸ਼ਬਦ ਤੀਸਰਾ ਸਹੀ ਹੈ ਬਾਕੀ ਸਾਰੇ ਗਲਤ ਨੇ ਫਿਰ ਸ਼ੁੱਧ ਚੋਣਨਾ ਇਹ ਵੀ ਆਪਾਂ ਨੂੰ ਦੂਸਰਾ ਸਹੀ ਹੈ ਕਹਿਣਾ ਕਹਿਣਾ ਕਾਣਾ ਕਹਿਣਾ ਇਹ ਸਾਰੇ ਗਲਤ ਨੇ ਜਿਉਂਦਾ ਜਿਉਂਦਾ ਰਹੋ ਰੱਬ ਤੇਰੀ ਵੱਡੀ ਉਮਰ ਕਰੇ ਵਾਕ ਵਿੱਚ ਵਿਸ਼ਰਾਮ ਚਿੰਨ ਲਾਉਣੇ ਆਪਾਂ ਜਿਉਂਦਾ ਰਹੋ ਵਿਸ਼ਰਾਮ ਚਿੰਨ ਦੇ ਵਿੱਚ ਕੀ ਹੈ ਕਿ ਉੱਥੇ ਆਪਾਂ ਕਿਸੇ ਨੂੰ ਕੀ ਦੇ ਰਹੇ ਹਾਂ ਅਸ਼ੀਰਵਾਦ ਦੇ ਰਹੇ ਹਾਂ ਤਾਂ ਇੱਥੇ ਵਿਸਮਿਕ ਚਿੰਨ ਜਿਹੜਾ ਲੱਗੂਗਾ ਡੰਡੀ ਲਾ ਕੇ ਥੱਲੇ ਬਿੰਦੀ ਉਸ ਤੋਂ ਬਾਅਦ ਆਪਾਂ ਗੱਲ ਨੂੰ ਖਤਮ ਕਰ ਦੇਣਾ ਵੀ ਰੱਬ ਤੇਰੀ ਵੱਡੀ ਉਮਰ ਕਰੇ ਤਾਂ ਜਦੋਂ ਗੱਲ ਖਤਮ ਹੋ ਜਾਂਦੀ ਹੈ ਤਾਂ ਅਸੀਂ ਡੰਡੀ ਲਾਉਣੀ ਹੈ ਇਹਦੇ ਵਿੱਚ ਕਾਮਾ ਨਹੀਂ ਲੱਗੂਗਾ ਇਹ ਕਾਫੀ ਕਨਫਿਊਜ਼ਿੰਗ ਕੁਐਸਚਨ ਹੈ ਇੱਥੇ ਅਸੀਂ ਕਿਸੇ ਨੂੰ ਜਦੋਂ ਕੋਈ ਇੱਛਾ ਦਰਸਾਉਣੀ ਹੈ ਕਿਸੇ ਨੂੰ ਕੋਈ ਆਗਿਆ ਵਾਸਤੇ ਜਾਂ ਸੀ ਕਿਸੇ ਨੂੰ ਕੋਈ ਅਸੀਸ ਦਿੰਨੇ ਹੈ ਤਾਂ ਉੱਥੇ ਜਿਹੜਾ ਵਿਸਮਿਕ ਚਿੰਨ ਹੈ ਲੱਗਦਾ ਹੈ ਕਿਸ ਵਾਕ ਵਿੱਚ ਵਿਸ਼ਰਾਮ ਚਿੰਨਾਂ ਦੀ ਸਹੀ ਵਰਤੋਂ ਨਹੀਂ ਹੋਈ ਹੈ ਸਹੀ ਹੁਣ ਦੇਖਣਾ ਵੀ ਇਹਦੇ ਵਿੱਚੋਂ ਕਿਹੜੇ ਵਿੱਚ ਨਹੀਂ ਹੋਈ ਦੇਖੋ ਪਹਿਲੇ ਵਿੱਚੋਂ ਇਹ ਨਾਵਲ ਜਿਹੜਾ ਤੁਹਾਡੇ ਹੱਥ ਵਿੱਚ ਹੈ ਮੈਂ ਕਈ ਵਾਰ ਪੜ੍ਹਿਆ ਹੈ ਇਹ ਕਿਤੇ ਨਾ ਕਿਤੇ ਥੋੜਾ ਜਿਹਾ ਠੀਕ ਹੈ ਪਰ ਇੱਥੇ ਵੀ ਹੈ ਤਾਂ ਹੈਗੀ ਹੈ ਪ੍ਰੋਬਲਮ ਪਰ ਫਿਰ ਵੀ ਵਾਕ ਦੇ ਵਿੱਚ ਮਤਲਬ ਕਿ ਇੰਨੀ ਗਲਤੀ ਨਹੀਂ ਹੈਗੀ ਦੋਸਤੋ ਇਹ ਵੀ ਇੱਕ ਠਹਿਰਾਵ ਆ ਗਿਆ ਦੋਸਤੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਉਸ ਤੋਂ ਬਾਅਦ ਹਾਂ ਮੈਂ ਇੱਕ ਤਾ ਪੜ ਲਈ ਹੈ ਹੁਣ ਇਹ ਸਾਰੇ ਸਹੀ ਹੈ ਹੁਣ ਜਿਹੜੀ ਗਲਤ ਹੋਈ ਹੈ ਉਹ ਤੀਸਰੇ ਚ ਹੋਈ ਹੈ ਕਿ ਉੱਥੇ ਉਹ ਕੋਈ ਕੰਮ ਕਰਦਾ ਹੈ ਇੱਥੇ ਕੁਐਸਚਨ ਪੁੱਛ ਰਹੇ ਆ ਤਾਂ ਇੱਥੇ ਸਾਫ਼ ਹੀ ਪਤਾ ਵੀ ਕੁਐਸਚਨ ਮਾਰਕ ਨਹੀਂ ਲੱਗਿਆ ਹੋਇਆ ਇਹ ਕੁਐਸਚਨ ਜਿਹੜਾ ਤੀਸਰਾ ਹੈਗਾ ਇਹ ਬਿਲਕੁਲ ਮਤਲਬ ਕਿ ਗਲਤ ਹੈ ਕਿਉਂਕਿ ਇੱਥੇ ਕੁਐਸਚਨ ਮਾਰਕ ਲੱਗਣਾ ਸੀ ਦੂਸਰਿਆਂ ਨਾਲੋਂ ਇਹ ਕਾਫੀ ਗਲਤ ਹੈ ਇਨ੍ਹਾਂ ਵਾਕਾਂ ਵਿੱਚੋਂ ਸੁਧਾਰਨ ਵਾਕ ਦੀ ਪਛਾਣ ਕਰੋ ਸਧਾਰਨ ਵਾਕ ਦੇਖੋ ਵੀ ਸਧਾਰਨ ਵਾਕ ਹੁੰਦੇ ਜਿਹਦੇ ਵਿੱਚ ਕੀ ਹੈ ਅਸੀਂ ਇੱਕ ਹੀ ਸਾਡਾ ਮਤਲਬ ਕਿ ਵਾਕ ਦੇ ਵਿੱਚ ਜਿਹੜੀ ਗੱਲ ਪੂਰੀ ਹੋ ਜਾਂਦੀ ਹੈ ਤੇ ਜੇ ਆਪਾਂ ਉਹਦੇ ਵਿੱਚ ਜੋਜਕ ਲਾ ਕੇ ਅਗਲੀ ਗੱਲ ਸ਼ੁਰੂ ਕਰਦੇ ਹਾਂ ਤਾਂ ਉਹ ਮਿਸ਼ਰਤ ਵਾਕ ਬਣ ਜਾਂਦੇ ਜਿਵੇਂ surjit ਆਇਆ ਤੇ ਚਲਾ ਗਿਆ ਇਹ ਇਸ ਕੈਟਾਗਰੀ ਚ ਨਹੀਂ ਹੈਗਾ ਜਿਹੜੇ ਕੱਲ ਸਕੂਲ ਨਹੀਂ ਆਏ ਉਹ ਖੜੇ ਹੋ ਜਾਣ ਇਹ ਸਾਰੇ ਮਿਸ਼ਰਤ ਆ ਗਈ ਇਦੇ ਵਿੱਚੋਂ ਜਿਹੜਾ ਹੈਗਾ ਤੀਸਰਾ ਹੀ ਹੈ ਵੀ ਵਿਅਕਤੀ ਵਿਦਿਆਰਥੀ ਕਿਤਾਬ ਪੜ੍ਹ ਰਹੇ ਹਨ ਇਹ ਇੱਕ ਸਧਾਰਨ ਵਾਕ ਹੈ ਜਿਹਦੇ ਵਿੱਚ ਇੱਕ ਹੀ ਕਿਰਿਆ ਸਾਨੂੰ ਹੁੰਦੀ ਦਿਖਾਈ ਦੇ ਰਹੀ ਹੈ ਅੱਗੇ ਆਪਾਂ ਆਗਿਆਵਾਚਕ ਵਾਕ ਲੱਭਣਾ ਹੈ ਦੁਨੀਆ ਕਿਵੇਂ ਹੋਣ ਦੇ ਵਿੱਚ ਆਈ ਇੱਕ ਕੁਐਸਚਨ ਹੈ ਸੋਹਣੀ ਜਹੀ ਕੁੜੀ ਬੜੀ ਇਮਾਨਦਾਰ ਸੀ ਇੱਕ ਇਹ ਵੀ ਇੱਕ ਮਤਲਬ ਕਿ ਸਧਾਰਨ ਵਾਕ ਹੀ ਕਹਿ ਸਕਦੇ ਹਾਂ ਚੌਥੇ ਵਿੱਚ ਕੀ ਸਾਰਾ ਸੰਸਾਰ ਹੀ ਦੁਖੀ ਹੈ ਇਹ ਵੀ ਇੱਕ ਕੁਐਸਚਨ ਮਾਰਕ ਹੈ ਇਸ ਤੋਂ ਅੱਗੇ ਨਾ ਜਾਓ ਇੱਕ ਆਗਿਆ ਦੇ ਰਹੇ ਆ ਕਿ ਅੱਗੇ ਕੋਈ ਮਤਲਬ ਕਿ ਕੋਈ ਹੈ ਕੋਈ ਪ੍ਰੋਬਲਮ ਹੈ ਜਾਂ ਉੱਥੇ ਕੋਈ ਤੁਹਾਨੂੰ ਮਨਾਈ ਹੈ ਤਾਂ ਇਹ ਤੁਹਾਨੂੰ ਕੋਈ ਇੱਕ ਆਗਿਆਵਾਚੀ ਵਾਕ ਦੀ ਸੈਂਸ ਦੇ ਵਿੱਚ ਪਤਾ ਲੱਗ ਰਿਹਾ ਕਿ ਅੱਗੇ ਤੁਹਾਨੂੰ ਰੋਕਿਆ ਜਾ ਰਿਹਾ ਤੁਹਾਨੂੰ ਆਗਿਆ ਦਿੱਤੀ ਜਾ ਰਹੀ ਹੈ ਕਿ ਅੱਗੇ ਨਾ ਜਾਓ ਕਿਹੜਾ ਪੰਜਾਬੀ ਦਾ ਬਿਆਨੀਆਂ ਵਾਕ ਨਹੀਂ ਹੈ ਇਹਦੇ ਵਿੱਚ ਬਿਆਨੀਆਂ ਕੀ ਜਿਹਦੇ ਵਿੱਚ ਅਸੀਂ ਬਿਆਨ ਕਰਦੇ ਹਾਂ ਕਿਸੇ ਗੱਲ ਨੂੰ ਜਿਵੇਂ ਕਵੀ ਚਿੱਤ ਇੱਕ ਪਾਰਦਰਸ਼ੀ ਅਨੋਖਾ ਸ਼ੀਸ਼ਾ ਹੈ ਵਿਦਿਆਰਥੀ ਪੜਨ ਵਿੱਚ ਕਮਜ਼ੋਰ ਹਨ ਪਿਆਰ ਵਿੱਚ ਮੋਏ ਬੰਦਿਆਂ ਦੇ ਬਚਨ ਕਵਿਤਾں ਸਾਰੇ ਬਿਆਨ ਕਰ ਰਹੇ ਨੇ ਹੁਣ ਦੂਸਰੇ ਵਿੱਚ ਕਿ ਪਤਾ ਨਹੀਂ ਉਹ ਅੱਜ ਆਵੇਗਾ ਜਾਂ ਨਹੀਂ ਇੱਕ ਇਹ ਅਨਿਸ਼ਚੇਵਾਚਕ ਦੀ ਫਾਰਮ ਦੇ ਵਿੱਚ ਕੁਐਸਚਨ ਮਾਰਕ ਵੀ ਇਹਦੇ ਵਿੱਚ ਹੈ ਤੇ ਇਹ ਨੂੰ ਅਸੀਂ ਬਿਆਨ ਨਹੀਂ ਇਹਦੇ ਵਿੱਚ ਕੁਝ ਵੀ ਹੋ ਰਿਹਾ ਸੋ ਇਹ 네ਗੇਟਿਵ ਜਿਹੜਾ ਹੈਗਾ ਸੈਕਿੰਡ ਤੁਹਾਡਾ ਗਲਤ ਹੋਊਗਾ ਬਿਆਨੀਆਂ ਪ੍ਰੇਸ਼ਣਵਾਚੀ ਤੇ ਆਗਿਆਮਾਚੀ ਦਾ ਸਬੰਧ ਪੰਜਾਬੀ ਵਾਕਾਂ ਦੇ ਕਿਸ ਪੱਖ ਨਾਲ ਹੈ ਜਿਦੇ ਵਿੱਚ ਬਿਆਨ ਹੁੰਦਾ ਹੈ ਅਪਰੇਸ਼ਨ ਪੁੱਛਿਆ ਜਾਂਦਾ ਹੈ ਆਗਿਆਵਾਚ ਇਹ ਸਾਰੇ ਕਾਰਜ ਪੱਖ ਚ ਆ ਜਾਂਦੇ ਆ ਪੰਜਾਬੀ ਵਾਕਾਂ ਦੇ ਵਰਗੀਕਰਨ ਦੇ ਦੋ ਪ੍ਰਮੁੱਖ ਆਧਾਰ ਹੈ ਇੱਕ ਤਾਂ ਅਸੀਂ ਬੰਤਰ ਦੇ ਆਧਾਰ ਤੇ ਮੰਨਦੇ ਆ ਤੇ ਇੱਕ ਅਸੀਂ ਕਾਰਜ ਦੇ ਆਧਾਰ ਤੇ ਮੰਨਦੇ ਆ ਅਗਲਾ ਸੈਕਸ਼ਨ ਇਸ ਦੇ ਵਿੱਚ ਜੋ ਤੁਹਾਨੂੰ ਅਪਰੇਸ਼ਨ ਪੁੱਛੇ ਗਏ ਆ ਉਸ ਨੇ ਬਾਜ਼ਾਰ ਜਾ ਕੇ ਕਿਤਾਬਾਂ ਖਰੀਦੀਆਂ ਵਾਕ ਦੀ ਸ਼੍ਰੇਣੀ ਕੀ ਹੈ ਹੁਣ ਦੇਖੋ ਵੀ ਇੱਥੇ ਤੁਹਾਨੂੰ ਪਤਾ ਲੱਗਦਾ ਵੀ ਉਸ ਨੇ ਉਹ ਕਿੱਥੇ ਗਿਆ ਬਾਜ਼ਾਰ ਗਿਆ ਤੇ ਜਾ ਕੇ ਉਸਨੇ ਕੀ ਕੀਤੀਆਂ ਕਿਤਾਬਾਂ ਖਰੀਦੀਆਂ ਮਤਲਬ ਦੋ ਜਿਹੜੇ ਇਹਦੇ ਵਿੱਚ ਮਿਸ਼ਰਤ ਵਾਕ ਹੈ ਵੀ ਬਾਜ਼ਾਰ ਗਿਆ ਤੇ ਕਿਤਾਬਾਂ ਖਰੀਦੀਆਂ ਜਿਉਂਕ ਹੁੰਦਾ ਉਹ ਬਾਜ਼ਾਰ ਗਿਆ ਜਾਂ ਉਸਨੇ ਲਿਖਿਆ ਉਸਨੇ ਕਿਤਾਬਾਂ ਖਰੀਦੀਆਂ ਜੇ ਅਲੱਗ-ਅਲੱਗ ਵਾਕ ਹੁੰਦੇ ਤੇ ਸਧਾਰਨ ਹੁੰਨੇ ਸੀ ਹੁਣ ਉਹਨੇ ਇਹ ਪੂਰਾ ਜਿਹੜਾ ਵਾਕ ਤੁਹਾਨੂੰ ਪੂਰਾ ਕਰਕੇ ਦੱਸਿਆ ਹੈਗਾ ਤਾਂ ਇਹ ਮਿਸ਼ਰਤ ਵਾਕ ਹੈ ਪੰਜਾਬੀ ਵਿੱਚ ਸਧਾਰਨ ਵਾਕ ਦੀ ਸਹੀ ਤਰਤੀਬ ਕੀ ਹੈ ਕਰਤਾ ਕਰਮ ਤੇ ਕਿਰਿਆ ਸੰਯੁਕਤ ਵਾਕ ਕੀ ਹੁੰਦਾ ਹੈ ਸਮਾਨ ਉਪਵਾਕਾਂ ਦਾ ਜੋੜ ਉਪਵਾਕ ਛੋਟਾ ਵਾਕ ਹੁੰਦਾ ਜਦੋਂ ਉਹਨਾਂ ਨੂੰ ਅਸੀਂ ਦੋ ਇੱਕ ਦੂਜੇ ਦੇ ਅਧੀਨ ਹੁੰਦੇ ਆ ਜਦੋਂ ਉਹ ਤਾਂ ਉਹ ਅਧੀਨ ਵਾਕ ਤਾਂ ਜਿਹੜਾ ਬਣ ਜਾਂਦਾ ਉਹ ਮਿਸ਼ਰਤ ਅੱਗੇ ਬਣ ਜਾਂਦਾ ਸਮਾਨ ਉਪਵਾਕ ਜਿਸ ਵਿੱਚ ਦੋ ਕਿਰਿਆਵਾਂ ਹੋ ਰਹੀਆਂ ਹੁਣ ਤੇ ਉਹ ਕੀ ਹੈ ਸਾਡੇ ਉਪਵਾਕ ਸਮਾਨ ਉਪਵਾਕਾਂ ਦਾ ਜੋੜ ਉਹਨੂੰ ਅਸੀਂ ਕਹਿ ਦਿੰਨੇ ਆ ਵੰਤਰ ਦੇ ਆਧਾਰ ਤੇ ਅਸੀਂ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਦੇ ਆਂ ਕਿਹੜੇ ਵਾਕਾਂ ਦੀ ਮੰਤਰ ਵਿਆਕਰਨ ਪੱਖੋਂ ਅਸਾਵੀ ਹੁੰਦੀ ਹੈ ਮਿਸ਼ਰਤ ਵਾਕਾਂ ਦੀ ਅੱਗੇ ਸਾਡਾ ਕੁਐਸਚਨ ਪੁੱਛਿਆ ਗਿਆ ਹੈ ਵੀ ਪੰਜਾਬੀ ਲੋਕ ਮੰਚੀ ਨਾਟ ਖੇਤਰ ਵਿੱਚ ਸਭ ਤੋਂ ਵੱਧ ਗਨਾਤਮਿਕ ਜੋ ਯੋਗਦਾਨ ਕਿਸ ਦਾ ਹੈ ਤਾਂ ਲੋਕ ਮੰਚ ਜਿਹੜੇ ਮੰਚ ਦੇ ਉੱਪਰ ਜਿਹੜੇ ਨਾਟਕ ਖੇਡੇ ਗਏ ਆ ਉਹਨਾਂ ਦੇ ਵਿੱਚ ਵੱਧ ਗਿਣਤੀ ਕਿਹਦੀ ਆ ਉਹ ਗੁਰਸ਼ਰਨ ਸਿੰਘ ਦੀ ਆ ਕਿਸ ਰਚਨਾਕਾਰ ਨੇ ਨਵੀਂ ਦੁਨੀਆ ਚੰਗੇਰੀ ਦੁਨੀਆ ਜ਼ਿੰਦਗੀ ਦੀ ਰਾਸ ਨਿਬੰਧ ਲਿਖੇ ਇਹ ਗੁਰਬਖਸ਼ ਸਿੰਘ ਨੇ ਲਿਖੇ ਆ ਤਾਂ ਤੁਹਾਨੂੰ ਯਾਦ ਰੱਖਣ ਲਈ ਇੱਕ ਇਜ਼ੀ ਇਹੀ ਟ੍ਰਿਕ ਹੈ ਕਿ ਇਹਦੇ ਵਿੱਚ ਦੁਨੀਆ ਸ਼ਬਦ ਜ਼ਿਆਦਾ ਆਇਆ ਨਵੀਂ ਦੁਨੀਆ ਚੰਗੇਰੀ ਦੁਨੀਆ ਜੇ ਨਵੀਂ ਦੁਨੀਆ ਹੋਊਗੀ ਤਾਂ ਉਹ ਚੰਗੀ ਹੋਊਗੀ ਤਾਂ ਚੰਗੀ ਦੇ ਵਿੱਚ ਕੀ ਹੋਊਗਾ ਹਾਸ ਹੋਊਗਾ ਹਾਂ ਰਾਸ ਹੋਊਗਾ ਤਾਂ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਵੀ ਨਵੀਂ ਦੁਨੀਆ ਚੰਗੀ ਦੁਨੀਆ ਤੇ ਦੁਨੀਆ ਦਾ ਜਿਹੜਾ ਰੋਲ ਆ ਜ਼ਿੰਦਗੀ ਦੀ ਹਾਂ ਰਾਸ ਨਾਲ ਹੋਊਗਾ ਤਾਂ ਗੁਰਬਖਸ਼ ਸਿੰਘ ਦੇ ਨੇ ਇਹ ਕਿਸ ਰਚਨਾਕਾਰ ਨੇ ਨਵੀਂ ਦੁਨੀਆ ਚੰਗੀਰੀ ਦੁਨੀਆ ਅੱਛਾ ਆਪਾਂ ਉਹ ਕਰ ਚੁੱਕੇ ਆ ਡਬਲ ਆ ਗਿਆ ਅਗਲਾ ਪੜ੍ਹਦੇ ਆ ਕਿਹੜਾ ਸਫਰਨਾਮਾ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈ ਮੇਰਾ ਵਲੈਤੀ ਸਫਰਨਾਮਾ ਯਾਦ ਰੱਖ ਲਓ ਮੇਰਾ ਵਲੈਤੀ ਸਫਰਨਾਮਾ ਮੇਰੀ ਆਜ਼ਾਦੀ ਹਿੰਦ ਫੌਜ ਦੀ ਡਾਇਰੀ ਦਾ ਲੇਖਕ ਗਿਆਨੀ ਕੇਸਰ ਸਿੰਘ ਦੀ ਹੈ ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ ਹੁਣ ਟੀਚਿੰਗ ਐਬਿਟਿਊਡ ਨਾਲ ਵੀ ਸਾਨੂੰ ਥੋੜੇ ਜਿਹਾ ਕੁਐਸਚਨ ਆਉਂਦੇ ਹੁੰਦੇ ਆ ਉਹ ਆਪਾਂ ਬਾਅਦ ਵਿੱਚ ਡਿਸਕਸ ਕਰ ਲਾਂਗੇ ਹੁਣ ਪੰਜਾਬੀ ਦੇ ਜਿਹੜੇ ਇੰਪੋਰਟੈਂਟ ਕੁਐਸਚਨ ਸੀ ਉਹ ਮੈਂ ਤੁਹਾਡੇ ਨਾਲ ਸਾਰੇ ਡਿਸਕਸ ਕਰ ਚੁੱਕੀ ਆ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਅਨੁਮਾਨ ਹੀ ਪਤਾ ਲੱਗ ਗਿਆ ਹੋਊਗਾ ਕਿ ਜਿਹੜੇ ਸਾਡੇ ਦਿੱਲੀ ਜਾਂ ਅਦਰ ਸਟੇਟ ਦੇ ਪੇਪਰ ਐ ਉਹਨਾਂ ਦਾ ਲੈਵਲ ਕਿਵੇਂ ਦਾ ਹੁੰਦਾ ਹੈ ਉਹਨਾਂ ਦਾ ਸਿਲੇਬਸ ਕਿਸ ਤਰ੍ਹਾਂ ਦਾ ਹੁੰਦਾ ਹੈ ਜ਼ਿਆਦਾਤਰ ਜਿਹੜਾ ਤੁਸੀਂ ਪੜਿਆ ਇਹਦੇ ਚ ਆਪ ਹੀ ਦੇਖ ਲਓ ਵੀ ਇੰਪੋਰਟੈਂਟ ਹੀ ਗੱਲਾਂ ਹੋਈਆਂ ਅੰਮ੍ਰਿਤਾ ਪ੍ਰੀਤਮ ਦੀ ਗੱਲ ਬਹੁਤ ਹੋਈ ਹੈ ਜ਼ਿਆਦਾਤਰ ਜੇ ਦੇਖੀਏ ਤਾਂ ਨਾਨਕ ਸਿੰਘ ਦੀ ਗੱਲ ਬਹੁਤ ਹੋਈ ਹੈ ਕਿੱਸਾਕਾਰਾਂ ਦੀ ਜਿਹੜੀ ਇੰਪੋਰਟੈਂਟ ਨੇ ਜਿਵੇਂ ਬਾਰਿਸ਼ ਹੈ ਉਹਨਾਂ ਦੀ ਸ਼ਾਹ ਮੁਹੰਮਦ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਜਿਵੇਂ ਤੁਹਾਡਾ ਵਿਆਕਰਨ ਪੋਰਸ਼ਨ ਬਹੁਤ ਜ਼ਿਆਦਾ ਜਿਹੜਾ ਵਾਕਾਂ ਦੇ ਨਾਲ ਜੁੜਿਆ ਹੋਇਆ ਸੀਗਾ ਉਪ ਪਛਾਵਾ ਨਾਲ ਜੁੜਿਆ ਹੋਇਆ ਸੀ ਸਾਹਿਤਿਕ ਅਕਾਦਮੀ ਪੁਰਸਕਾਰ ਪੁੱਛੇ ਗਏ ਆ ਤਾਂ ਬੇਸਿਕ ਜਿਹੜਾ ਪੇਪਰ ਆਪਾਂ ਕਹਿ ਸਕਦੇ ਆ ਤਾਂ ਜ਼ਿਆਦਾ ਬਰਡਨ ਲੈਣ ਦੀ ਜ਼ਰੂਰਤ ਨਹੀਂ ਤੁਸੀਂ ਇਜ਼ੀ ਜਿਹੜੇ ਟਰਮ ਐ ਉਹਨਾਂ ਨੂੰ ਧਿਆਨ ਨਾਲ ਪੜੋ ਕਿਉਂਕਿ ਜ਼ਿਆਦਾਤਰ ਕੁਐਸਚਨ ਜਿਹੜੇ ਤੁਹਾਡੇ ਗ੍ਰਾਮਰ ਪਾਰਟ ਤੋਂ ਪੁੱਛੇ ਗਏ ਆ ਜਿਵੇਂ ਸ਼ੁੱਧ ਤੇ ਅਸ਼ੁੱਧ ਬਹੁਤ ਆਏ ਨੇ ਅਗੇ ਤਰਪਸ਼ੇਤਰ ਬਹੁਤ ਆਏ ਨੇ ਤਾਂ ਪੇਪਰ ਕਾਫੀ ਆਪਾਂ ਇਹ ਕਹਿ ਸਕਦੇ ਆ ਵੀ ਟਫ ਮੋਡ ਦੇ ਵਿੱਚ ਜਿਹੜਾ ਪਹਿਲਾਂ ਨਹੀਂ ਆਇਆ ਸੋ ਹੁਣ ਵੀ ਇਸ ਤਰ੍ਹਾਂ ਦਾ ਪੇਪਰ ਹੀ ਆਉਣ ਦੀ ਜੇ ਆਪਾਂ ਨੂੰ ਉਮੀਦ ਰਹਿੰਦੀ ਹੈ ਕਿਉਂਕਿ ਜਿਹੜਾ ਲੈਵਲ ਆ ਉਹ ਇੰਨਾ ਟਫ ਨਹੀਂ ਹੁੰਦਾ ਸੇਮ ਹੀ ਹੋ ਰਹਿੰਦਾ ਸੋ ਮੈਂ ਤੁਹਾਡਾ ਪੁਰਾਣਾ ਪੇਪਰ ਡਿਸਕਸ ਕਰ ਚੁੱਕੀਆਂ ਇਹ ਸੀਗਾ 2021 ਦਾ ਪੇਪਰ ਇਸ ਤੋਂ ਬਾਅਦ ਜਿਹੜੇ ਮੈਨੂੰ ਹੋਰ ਵੀ ਪੇਪਰ ਮਿਲਦੇ ਆ 2022 ਦੇ ਵਿੱਚ ਜੇ ਕੋਈ ਹੋਇਆ ਜਾਂ 23 ਕਿਸੇ ਵੀ ਸਾਲ ਦੇ ਵਿੱਚ ਪੇਪਰ ਹੋਇਆ ਤਾਂ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਰਿਆਂ ਦੀ ਕਵੈਸਚਨ ਪਲੱਸ ਆਨਸਰ ਆ ਡਿਸਕਸ ਕਰੂੰਗੀ ਸੋ ਇਹਦੇ ਲਈ ਤਾਂ ਹੀ ਪੋਸੀਬਲ ਹੋ ਸਕਦਾ ਜੇ ਤੁਸੀਂ ਮੇਰੇ ਚੈਨਲ ਨੂੰ ਵਾਦ ਤੋਂ ਵਾਦ ਆਪਣੇ ਸਾਥੀਆਂ ਨਾਲ ਸ਼ੇਅਰ ਕਰੋਗੇ ਸੋ ਜੇ ਮੋਟੀਵੇਸ਼ਨ ਮਿਲਦੀ ਹੈ ਤਾਂ ਸਾਡਾ ਵੀ ਜੀ ਕਰਦਾ ਸੀ ਐਫਰਟਸ ਕਰੀਏ ਅੱਗੇ ਤੁਹਾਡੇ ਲਈ ਤਾਂ ਇਹਦੇ ਨਾਲ ਲਰਨਿੰਗ ਸਾਰਿਆਂ ਦੀ ਹੁੰਦੀ ਹੈ ਤੁਹਾਡੀ ਵੀ ਮੇਰੀ ਵੀ ਤੇ ਫਾਇਦਾ ਹੀ ਹੁੰਦਾ ਜਿੰਨੇ ਵੀ ਕਵੈਸਚਨ ਹੁੰਦੇ ਆ ਮੋਸਟਲੀ ਪੁਰਾਣੇ ਕਵੈਸਚਨ ਪੇਪਰ ਦੇ ਵਿੱਚੋਂ ਜੇ ਤੁਹਾਨੂੰ 100 ਕਵੈਸਚਨ ਆ ਰਹੇ ਆ ਤਾਂ ਤੁਹਾਨੂੰ ਉਹਦੇ ਵਿੱਚੋਂ 40 ਤੋਂ 50 ਕਵੈਸਚਨ ਇਸ ਤਰ੍ਹਾਂ ਦੇ ਆ ਜਾਂਦੇ ਆ ਜਿਹੜੇ ਉਹਦੇ ਇਰਦ-ਗਿਰਦ ਹੀ ਹੁੰਦੇ ਆ ਤਾਂ ਕਾਫੀ ਇਜ਼ੀ ਮੋਡ ਹੋ ਜਾਂਦਾ ਹੈ ਸਾਡਾ ਜਿਹੜਾ ਪੜ੍ਹਨ ਦਾ ਤਰੀਕਾ ਸਾਨੂੰ ਪਤਾ ਲੱਗ ਜਾਂਦਾ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦੇ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਸਾਨੂੰ ਪੁੱਛੇ ਜਾਣਗੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਜਿਹੜੀ ਕਰਕੇ ਜਾਣੀ ਹੈ ਸੋ ਮੈਂ ਆਪਦੇ ਵੱਲੋਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਕੇ ਪੁਰਾਣੇ ਪੇਪਰ ਜਿਹੜੀ ਤੁਹਾਡੇ ਨਾਲ ਡਿਸਕਸ ਕਰਨ ਦੀ ਇੱਕ ਛੋਟੀ ਜੀ ਐਫਰਟਸ ਕੀਤੀ ਹੈ ਸੋ ਮੈਨੂੰ ਹੁਣ ਪੂਰੀ ਉਮੀਦ ਹੈ ਵੀ ਤੁਸੀਂ ਅਗਲੀ ਜਿਹੜੀ ਮੇਰੀ ਮੈਰਾਥਨ ਕਲਾਸ ਆਉਣੀ ਹੈ ਤੁਹਾਡੇ ਲਈ ਉਹਦੇ ਲਈ ਤੁਸੀਂ ਚੈਨਲ ਨੂੰ ਪੂਰਾ سپورਟ ਸਪੋਰਟ ਕਰੋਗੇ ਤੇ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਕੇ ਚੈਨਲ ਨੂੰ ਮੋਟੀਵੇਟ ਜਰੂਰ ਕਰੋ ਤਾਂ ਜੋ ਅਸੀਂ ਇਸ ਤਰ੍ਹਾਂ ਦੇ ਇਨਫੋਰਮੇਟਿਵ ਜਿਹੜੇ ਐਫਰਟਸ ਤੁਹਾਡੇ ਲਈ ਕਰ ਸਕੀਏ ਸੋ ਜੁੜੇ ਰਹੋ ਜੀਨੀਅਸ ਸਟਡੀ ਹਬ ਚੈਨਲ ਦੇ ਉੱਪਰ ਧੰਨਵਾਦ ਜੀ